ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਓ ਵੈਦ ਮੰਗਾ ਦੇ ਸਾਹ ਸੁੱਕਦਾ ਵੇ ਮੇਰਾ ਕੱਲ ਦਾ ਕਾਲਜਾ ਦੁੱਖਦਾ ਵੇ ਮੇਰਾ ਕੱਲ ਦਾ ਕਾਲਜਾ ਚਾਰ ਵਾਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡਾ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਬੱਚਿਆਂ ਨੂੰ ਪਿਆਰਿਆਂ ਨੂੰ ਪਤਲਿਆਂ ਨੂੰ ਭਾਰਿਆਂ ਨੂੰ ਛੋਟਿਆਂ ਨੂੰ ਦਲਾਰਿਆਂ ਨੂੰ ਚਾਚੀਆਂ ਨੂੰ ਚਾਚਿਆਂ ਨੂੰ ਹਾਂ ਤੁਹਾਡੀ ਤਾਈ ਇਹਨਾਂ ਦੀ ਤਾਈਆਂ ਨੂੰ ਤਾਇਆ ਜੀ ਨੂੰ ਮੇਰੇ ਮਾਮਿਆਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਨਹੀਂ ਇੱਧਰ ਕੀਤੀ ਜੀ ਅੱਜ ਅਸੀਂ ਆ ਪਹੁੰਚੇ ਹਾਂ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਖਾਲਸਾ ਕਾਲਜ ਪੰਜੋਖੜਾ ਸਾਹਿਬ ਸੋ ਮੈਂ ਤੁਹਾਨੂੰ ਦੱਸਦਾ ਜੀ ਪੰਜੋਖੜਾ ਸਾਹਿਬ ਜਿਹੜਾ ਪੈਂਦਾ ਜੀ ਚੰਡੀਗੜ੍ਹ ਤੋਂ ਜਦੋਂ ਆਪਾਂ ਅੰਬਾਲੇ ਨੂੰ ਆਉਂਦੇ ਹਾਂ ਤਾਂ ਖੱਬੇ ਪਾਸੇ ਇੱਕ ਪਿੰਡ ਹੈ ਜੀ 4.5 ਕਿਲੋਮੀਟਰ ਦੇ ਪੰਜੋਖੜਾ ਸਾਹਿਬ ਜਿੱਥੇ ਅਸੀਂ ਵੱਡੀ ਸਿਟੀਜ਼ ਕਵਰ ਕਰਦੇ ਹਾਂ ਵੱਡੇ ਵੱਡੇ ਕਾਲਜਾਂ ਜਾਂਦੇ ਹਾਂ ਉੱਥੇ ਸਾਡਾ ਇਹ ਵੀ ਮਕਸਦ ਹੁੰਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਲੁਕਿਆ ਹੋਇਆ ਟੈਲੈਂਟ ਹੈ ਜੀ ਜਿਹੜਾ ਥੋੜ੍ਹਾ ਜਿਹਾ ਏਰੀਆ ਜਿਹੜਾ ਹਜੇ ਨਹੀਂ ਡਿਵੈਲਪ ਹੋਇਆ ਬਹੁਤ ਜ਼ਿਆਦਾ ਕਿਉਂਕਿ ਡਿਵੈਲਪ ਤਾਂ ਚਲੋ ਮਾਰੇ ਨੇ ਸਾਰਾ ਹੀ ਕੀਤਾ ਇਤਿਹਾਸਕ ਧਰਤੀ ਹੈ ਅਸੀਂ ਭਾਗ ਵਾਲਿਆਂ ਵੀ ਅਸੀਂ ਇੱਥੇ ਆ ਪਹੁੰਚੇ ਹਾਂ ਮੈਂ ਲੱਕੀ ਹਾਂ ਜੀ ਅਤੇ ਉਸ ਏਰੀਆ ਨੂੰ ਵੀ ਅਸੀਂ ਕਵਰ ਕੀਤਾ ਜੀ ਅਤੇ ਕਾਲਜ ਬਹੁਤ ਸ਼ਾਨਦਾਰ ਹੈ ਬੱਚੇ ਬਹੁਤ ਵਧੀਆ ਲੱਗ ਰਹੇ ਨੇ ਉੱਪਰ ਉੱਪਰ ਹੱਸ ਰਹੇ ਨੇ ਪਤਾ ਨਹੀਂ ਕਿੰਨੇ ਕੁ ਵਧੀਆ ਨੇ ਤੇਜ਼ ਨੇ ਸ਼ਰੀਫ ਨੇ ਚਲਾਕ ਨੇ ਕਿੰਨੇ ਕਿੰਨੇ ਮੁੰਡੇ ਵੀ ਬਹੁਤ ਸੋਹਣੇ ਸੋਹਣੀਆਂ ਪੱਗਾਂ ਵਾਲੇ ਬਾਈ ਬਾਈ ਹੋਰਾਂ ਲਈ ਵੀ ਤਾੜੀ ਸਾਰਿਆਂ ਲਈ ਦੁਬਾਰਾ ਸੋ ਕਰਦੇ ਹਾਂ ਜੀ ਗੱਲਬਾਤ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਂ ਹੈ ਤੁਹਾਡਾ ਸਰ ਰੋਮਾ ਸਰ ਰੋਮਾ ਸਰ ਰੋਮਾ ਜੀ ਕਿੱਥੇ ਰਹਿੰਦੇ ਹੋ ਸਰ ਮੇਰਾ ਪਿੰਡ ਹੈ ਸ਼ਜਾਦਪੁਰ ਕੇ ਪਾਸ ਅੱਛਾ ਕਿਸ ਕੇ ਪਾਸ ਸ਼ਜਾਦਪੁਰ ਕੇ ਪਾਸ ਹੈ ਸਰ ਸ਼ਜਾਦਪੁਰ ਕੇ ਪਾਸ ਕਿਹੜਾ ਕੋਰਸ ਕਰ ਰਹੇ ਹੋ ਜੀ ਇੱਥੇ ਸਰ ਬੀਏ ਫਾਈਨਲ ਬੀਏ ਫਾਈਨਲ ਇਅਰ ਵਧੀਆ ਚੱਲ ਰਹੀ ਹੈ ਪੜ੍ਹਾਈ ਹਾਂਜੀ ਬਹੁਤ ਵਧੀਆ 2017 ਸ਼ੁਰੂ ਹੋਇਆ ਜੀ ਤੇ ਵਧੀਆ ਰਿਹਾ 2016 2016 ਦੇ ਵਿੱਚ ਸਭ ਤੋਂ ਵਧੀਆ ਤੁਹਾਡਾ ਖੁਸ਼ੀ ਦਾ ਮੂਮੈਂਟ ਇਹ ਸਾਡੇ ਲਈ ਪਾਸ ਹੋਣ ਵਾਲਾ ਮੁੰਡਿਆਂ ਨੂੰ ਇੱਕ ਹੀ ਹੁੰਦਾ ਪਤਾ ਨਹੀਂ ਪਾਸ ਹੋਵਾਂਗੇ ਕਿ ਨਹੀਂ ਯਾਰ ਯਾਰ ਖੁਸ਼ੀ ਤੇਰੀ ਹੈ ਉੱਧਰ ਥੋੜ੍ਹੀ ਹੈ ਇਹ ਅੱਛਾ ਇੱਦਾਂ ਦੀ ਕੁੜੀ ਹੈ ਖੁਸ਼ੀ ਵੀ ਉਹਨਾਂ ਤੋਂ ਪੁੱਛ ਰਹੀ ਹੈ ਮੈਂ ਕਦੋਂ ਖੁਸ਼ ਹੋਈ ਸੀ ਸਰ ਕਿਤੇ ਮੈਂ ਹਮੇ ਟਰੋਫੀ ਮਿਲੀ ਸੀ ਸਰ ਅੱਛਾ ਆਪਣੇ ਡਾਲਾ ਕਿੱਦਾਂ ਕਿਹੜੀ ਪੋਜੀਸ਼ਨ ਹਾਸਲ ਕੀਤੀ ਸਰ ਥਰਡ ਪਰਿਵਾਰ 'ਚ ਕੌਣ ਕੌਣ ਨੇ ਜੀ ਸਰ ਦੋ ਬ੍ਰਦਰ ਹੈ ਔਰ ਹਮ ਸਿਸਟਰ ਹੈ ਦੋ ਓਕੇ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਡੈਡ ਕੀ ਕਰਦੇ ਨੇ ਜੀ ਸਰ ਉਹ ਰਿਟਾਇਰ ਹੋ ਗਏ ਆ ਬਸ ਰਿਟਾਇਰ ਹੋ ਗਏ ਕੁਝ ਤਾਂ ਕੀਤਾ ਹੋਣਾ ਜੀ ਹਾਂਜੀ ਸਰ ਪ੍ਰਾਈਵੇਟ ਜੌਬ ਕਰ ਰਹੇ ਥੇ ਅੱਛਾ ਅੱਛਾ ਹਾਂਜੀ ਪ੍ਰਾਈਵੇਟ ਜੌਬ ਪ੍ਰਾਈਵੇਟ ਜੌਬ ਅੱਛਾ ਵਧੀਆ ਹਾਂਜੀ ਸਰ ਡੈਡੀ ਵਧੀਆ ਕਿ ਮੰਮੀ ਦੋਨੋਂ ਵਧੀਆ ਨੇ ਹੈ ਦੋਨੋਂ ਵਧੀਆ ਨੇ ਦੋਨੋਂ ਵਧੀਆ ਨੇ ਹਾਂਜੀ ਸਰ ਓਕੇ 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 ਲੜਦੇ ਹੁੰਦੇ ਨੇ ਕਦੇ ਕਦੇ ਮੇਰੇ ਕਰਕੇ ਅੱਛਾ ਤੇਰੇ ਕਰਕੇ ਲੜਦੇ ਨੇ ਹਾਂਜੀ ਸਰ ਆ ਬਹੁਤ ਇੰਪੋਰਟੈਂਟ ਹੈ ਤੂੰ ਇਹ ਕੋਈ ਹੋਰ ਮੁੱਦਾ ਵੀ ਹੁੰਦਾ ਹੈ ਸਰ ਮੈਂ ਸਭ ਤੋਂ ਛੋਟੀ ਹੁਣਾ ਘਰ ਮੇ ਤੋਂ ਮੇਰੇ ਕਰਕੇ ਹੀ ਲੜਦੇ ਆ ਤੇਰੇ ਕਰਕੇ ਆ ਤੇਰੇ ਆਲੇ ਦੁਆਲੇ ਘੁੰਮ ਰਿਹਾ ਸਾਰਾ ਡੱਬਰ ਚਲੋ ਲੜਦੇ ਰਹਿੰਦੇ ਹੈ ਭਾਂਡੇ ਵੱਜਣੇ ਚਾਹੀਏ ਆਪਸ ਮੇ ਕਭੀ ਪਿਆਰ ਵੜਤਾ ਹੈ ਆਪਕਾ ਗਿੱਧਾ ਦੇਖ ਲੈਂਦੇ ਹੈ ਸਰ ਭੰਗੜਾ ਅੱਛਾ ਭੰਗੜਾ ਕਰਨਾ ਜੀ ਬੱਲੇ ਬੱਲੇ 2 ਮਿੰਟ ਮੇ ਮੂਡ ਚੇਂਜ ਹੋ ਗਿਆ ਸਰ ਗਿੱਧਾ ਹਮਾਰਾ ਲਾਸਟ ਮੇ ਹੈ ਨਾ ਗਰੁੱਪ ਦਾ ਅੱਛਾ ਅੱਛਾ ਗਿੱਧਾ ਗਰੁੱਪ ਮੇ ਕਰੋਗੇ ਲਾਸਟ ਮੇ ਕਰੋਗੇ ਓਕੇ ਓਕੇ ਲਾਸਟ ਮੇ ਕਰੇਂਗੇ ਜੀ ਗਿੱਧਾ ਸੱਸਾ ਸ਼ਸ਼ਾ ਇਨਕਾ ਵੀ ਆਰਡਰ ਹੈ ਔਰ ਅਭੀ ਆਪਕਾ ਗਿੱਧਾ ਦੇਖਤੇ ਹੈ ਫਸਟ ਗਿੱਧਾ ਲਾ ਫਸਟ ਭੰਗੜਾ ਲਾਸਟ ਗਿੱਧਾ ਆਓ ਜੀ ਭੰਗੜਾ ਜੀ ਬਹੁਤ 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 ਵਧੀਆ ਡਾਂਸ ਕੀਤਾ ਜੀ ਤੁਸੀਂ ਬਾਬੇ ਤੁਹਾਨੂੰ ਤਰੱਕੀ ਦੇਣ ਅਤੇ ਅਗਲੀ ਵਾਰੀ ਆਪਾਂ ਸੈਕਿੰਡ ਆਵਾਂਗੇ ਗਿੱਧੇ 'ਚ ਉਸ ਤੋਂ ਬਾਅਦ ਫਿਰ ਫਸਟ ਆਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਬਾਬੇ ਤਰੱਕੀ ਦੇਣ ਜੀ ਖੁਸ਼ ਰਹੋ ਮਾਲਕ ਮਿਹਰ ਕਰੇ ਜੀ ਹਾਂਜੀ ਵੀਰਾ ਆ ਜਾਓ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਵਰਿੰਦਰ ਸਿੰਘ ਹੈ ਜੀ ਕੀ ਕੀ ਬਣੋਗੇ ਜੀ ਏਮ ਕੀ ਹੈ ਜੀ ਪਹਿਲਾਂ ਤਾਂ ਚੰਗੇ ਇਨਸਾਨ ਬਣਨਾ ਜੀ ਅੱਛਾ ਜੀ ਹਜੇ ਬਣੇ ਨਹੀਂ ਕੋਸ਼ਿਸ਼ ਜਾਰੀ ਹੈ ਜੀ ਕੋਸ਼ਿਸ਼ ਜਾਰੀ ਹੈ ਓਕੇ 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 ਚੰਗਾ ਇਨਸਾਨ ਕਿਹੜਾ ਹੁੰਦਾ ਜੀ ਭਲਾ ਜਿਹੜਾ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਖੁਸ਼ ਰੱਖ ਸਕੇ ਬੱਚੇ ਹੋ ਗਏ ਨਹੀਂ ਨਾ ਵੀਰੇ ਅੱਛਾ ਜਿਹੜਾ ਫੈਮਿਲੀ ਨੂੰ ਖੁਸ਼ ਰੱਖੇ ਹਾਂ ਜੀ
पहला जेड़ा माँ प्यो खुश रखे। हाँ जी हाँ जी हाँ जी ओके ओके फिर बच्चों खुश रखे। हाँ जी चलो बहुत वधिया। एक तो होर के क्वालिटीज है दोस्तों मित्रों नु भी टाइम दे भाई। अच्छा जी वो चंगा इंसान होंगे जी। हाँ जी काम धंधा करे कि वो वेले रहे जी। हाँ जी काम धंधा करे जी काम धंधा करे तो ही फैमिली खुश रहनी है जी। हाँ जी हाँ जी हाँ जी फिर तुम कहो ना काम धंधा वधिया होवे उहदा। हाँ जी परिवार च कौन कौन जी। मम्मी पापा दादा दादी। अच्छा जी चाचा जी। अच्छा जी एक छोटा जी। ओके जी चाची जी चाचा छड़ा जी। हजे तो फिर जो हिसाब से बच्चों को प्यार दो चाचा नहीं थोड़ा चंगा इंसान होया। वैसे आह इंसान वधिया है बच्चों तो बिना वो टेंशन फ्री है जी टैंक ही रेंदे। और कितनी उम्र होगी चाचा जी। होगी जी 40 हूं टप गए। 40 हूं टप गया बस ठीक है फिर हूं तो टप गया फिर। हाँ जी हूँ नहीं आता अड़के किसी से। ना जी ना। चलो बहुत वधिया सारे परिवार मिलजुल के रहो जी बाबा जी तरक्की देन चाचा जी वेरी गुड। गाना गाओ जी। हाँ जी हाँ गाना गाओ गाना गाओ ना इतने गाने गाओगे चाचा ने तो ब्याह कराया नहीं हूँ भतीजे इतने गाने गाएंगे। हाँ जी चलो मोढ़े उत्ते चुक के खिड़ाए अगे बोल दे मापिया की इज्जत जेती पुत रोल दे। मोढ़े उत्ते चुक के खिड़ाए अगे बोल दे मापिया की इज्जत जेती पुत रोल दे। ओ अख चक के ना बंदा फिर खलोवे पैसे नू की अग लाउनी है जे मन ही बंदे दा दुखी होवे पैसे नू की अग लाउनी है। थैंक यू बहुत वधिया जी बाबा जी तरक्की देण। थैंक यू सो मच खेती बाड़ी बटाने दो भाई ਵੱਡਾ ਵੀਰਾ ਛੋਟਾ ਜੀ ਛੋਟਾ ਉਹ ਜ਼ਿਆਦਾ ਚਲਾਕੀ ਚੁਸਤ ਕੇ ਤੁਸੀਂ ਕੁੱਟ ਕਿਹਨੂੰ ਪੈਂਦੀ ਵੱਧ ਉਹਨੂੰ ਪੈਂਦੀ ਹੈ ਜੀ। ਕਦੋਂ ਪਈ ਉਹਨੂੰ ਕੁੱਟਣ ਕਿਹੜੀ ਗੱਲੋਂ ਕੁੱਟ ਪਈ। ਬਸ ਪੜ੍ਹਦਾ ਨਹੀਂ ਜੀ ਛੋਟਾ ਮੈਂ ਤਾਂ ਸਕੂਲ ਤਾਂ ਬਹੁਤ ਮੈਂ ਕਹਿੰਦਾ ਕਾਪੀਆਂ ਕਾਲੀਆਂ ਕਰ ਰੱਖੀਆਂ ਲਿਖ ਲਿਖ। ਹਾਂ ਜੀ ਪੜ੍ਹਦੇ ਹਾਂ ਜੀ। ਚਲੋ ਬਹੁਤ ਵਧੀਆ ਉਹ ਕਿਹੜੀ ਕਲਾਸ ਹੈ ਬਾਈ। ਪਲੱਸ ਟੂ ਹੈ ਜੀ। ਉਹ ਪਲੱਸ ਟੂ 'ਚ ਨਿੱਕਾ ਵੀਰਾ। ਚਲੋ ਬਹੁਤ ਵਧੀਆ ਬਹੁਤ ਵਧੀਆ ਕੀ ਸੁਣਾਓਗੇ ਜੀ ਕੀ ਸੌਂਗ ਹੈ ਜੀ। ਸੌਂਗ ਹੈ ਜੀ। ਹਾਂ ਸੌਂਗ ਸੁਣਾਉਣਾ ਜੀ। ਸੌਂਗ ਸੁਣਾਓ ਜੀ। ਸਰਕਾਰੀਆਂ 'ਚ ਪੜ੍ਹਿਆਂ ਜੱਸੜਾਂ ਦਾ ਲਾਣਾ ਏ ਮੇਰੇ ਬਾਬੇ ਦੀ ਐ ਪੂਰੀ ਕੋਈ ਉੱਚਾ ਨਾ ਕਰਾਣਾ ਏ ਤੁਹਾਡੀ ਉਹਨਾਂ ਨਾਲ ਡੀਲਰਾਂ ਦੀ ਸਾਂਝ ਹੈ ਜਿਹੜੀ ਸਾਡੇ ਕੌਮ ਦੇ ਗੱਦਾਰ ਨੇ ਅਸੀਂ ਉਹ ਜਿਹੜੇ ਧਰਨੇ 'ਤੇ ਰਹਿੰਦੇ ਹਾਂ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ ਅਸੀਂ ਉਹ ਜਿਹੜੇ ਧਰਨੇ 'ਤੇ ਰਹਿੰਦੇ ਹਾਂ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਚਲੋ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਬਾਬਾ ਜੀ ਤਰੱਕੀ ਦੇਣ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਦੀਕਸ਼ਾ आपकी मेरी अपना नानी जी हुई तो दोती है ना नहीं दोती वो नबस पकड़ती है की दोती को दोती क्या लाई करती है दोती नहीं होती दोती हाँ दोती दूसरी होगी दोती ਦੋਤੀ ਦੋਤੀ ਪੰਜਾਬੀ ਦੋਤੀ ਕਹਿੰਦੇ ਜੀ ਦੋਤੀ ਓਕੇ ਓਕੇ ਕੀ ਕੀ ਸ਼ੌਂਕ ਨੇ ਤੁਹਾਡੇ ਹੌਬੀਜ਼ ਕੀ ਨੇ ਹਾਂ ਡਾਂਸਿੰਗ ਵੀ ਹੈ ਸਿੰਗਿੰਗ ਵੀ ਹੈ ਪਿਲੋ ਫਾਈਟਿੰਗ ਵੀ ਹੈ ਹੈ ਪਿਲੋ ਫਾਈਟਿੰਗ ਇਹ ਕਿਹੜੀ ਹੋਈ ਜੀ ਸਰਾਣਾ ਮਾਰਤੇ ਹੈ ਜੋ ਬਹੁਤ ਅੱਛਾ ਜੀ ਬਹੁਤ ਅੱਛਾ ਕੀ ਅੱਛੀ ਹੈ ਯਾਰ ਨਾਨੀ ਕੀ ਦੋਤੀ ਹਾਂ ਮੰਮੀ ਡੈਡੀ ਕੀ ਕਰਦੇ ਨੇ ਜੀ ਪਾਪਾ ਦਾ ਪ੍ਰਾਈਵੇਟ ਬਿਜ਼ਨਸ ਹੈ ਟ੍ਰੇਡਿੰਗ ਦਾ ਹਿਮਾਚਲ ਪ੍ਰਦੇਸ਼ ਮੇ ਓਕੇ ਮਮਾ ਹਾਊਸ ਵਾਈਫ ਹੈ ਆਪ ਬੇਸਿਕਲੀ ਹਿਮਾਚਲ ਸੇ ਨਹੀਂ 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 ਬੇਸਿਕਲੀ ਜਲੰਧਰ ਸੇ ਹੈ ਓਕੇ ਲੇਕਿਨ ਥੋੜੇ ਇਅਰਸ ਇਧਰ ਆਏ ਹਾਂ ਮਤਲਬ ਕੁਝ ਸਾਲ ਹੋ ਗਏ ਅੱਛਾ ਗਾਣਾ ਸੁਣਾਓਗੇ ਜੀ ਤੁਹਾਨੂੰ ਨਹੀਂ ਹਾਂਜੀ ਡਾਂਸ ਡਾਂਸ ਜੀ ਚਲੋ ਠੀਕ ਹੈ ਫਿਰ ਮਾਈਕ ਛੱਡ ਦਿਓ ਜੀ ਬਾਬੇ ਤਰੱਕੀ ਦੇਣ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਜੀ ਵਧੀਆ ਮੈਂ ਸੋਚਿਆ ਵੀ ਸਾਰੇ ਕਮਜ਼ੋਰੀ ਟੱਕਰੇ ਹੈ ਮੈਂ ਕਮਜ਼ੋਰ ਨਹੀਂ ਹੈ ਕਿ ਨਾ ਮੈਂ ਕਿਹਾ ਬਹੁਤ ਵਧੀਆ ਪ੍ਰਧਾਨ ਸਾਹਿਬ ਤਾਂ ਹੁਣ ਆਏ ਨੇ ਹਨਾ ਬਹੁਤ ਵਧੀਆ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਨੂ ਹੈ ਤੇ ਮੈਂ ਇੱਥੇ ਦੀ ਹਾਂ ਨੌ ਅਨੂ ਸੇਧ 75 ਸਿੰਘ ਵਰਗੀ ਹੈ ਜੀ
ਨੌ ਛੋਟਾ ਨਹੀਂ ਰੱਖਦਾ ਕਰਦਿਆਂ ਨੇ ਨਾ 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 ਮੈਚ ਨਹੀਂ ਕੀਤੀ ਕਿਸੇ ਨਾਲ ਹਾਂ ਮੈਚ ਨਹੀਂ ਕੀਤੇ ਤੁਸੀਂ ਕੀ ਸ਼ੌਂਕ ਨੇ ਗਾਣਾ ਨਹੀਂ ਮੈਂ ਇੱਕ ਪੋਇਮ ਜੀ ਤਿਆਰ ਕੀਤੀ ਹੈ ਤੁਹਾਡੇ ਲਈ ਹੈ ਬਹੁਤ ਵਧੀਆ ਪਹਿਲਾਂ ਤੁਸੀਂ ਥੋੜੀ ਰੋਣੀ ਜੀ ਸ਼ਕਲ ਬਣਾਓ ਮੈਂ ਰੋਣੀ ਸ਼ਕਲ ਬਣਾਵਾਂ ਰਵਨੀਤ ਭਈਆ ਰਵਨੀਤ ਭਈਆ ਹਾਂ ਜੀ ਕੀ ਮੰਮੀ ਨੇ ਡਾਂਟਾ ਹੈ ਹੈ क्या मम्मी ने डांटा है डांटा है गाल तुम्हारे लाल हो गए लगता खाया डांटा है बहुत बढ़िया ये तैयार की थी पोएम बहुत बहुत मैं ना एक्चुअली बच्चा नु पढ़ा रही हूं बस यही आई सी माइंड ही चोरी सुनाती अच्छा बच्चा नु पढ़ाने हो तुसी हां जी सामने ओके होंदे वैसे बड़े ओके है जी ओके ओके समझ नहीं आंदा मेनू सामने है कि मैं उन्हें सामने है पर सामने है बस चल चलो ठीक है ओ थोड़े ओ सामने ना थोनू हां जी 20 जन दा रल मिल के साम ही लेणगे शायद बहुत बड़ा रोंदे रहण के आसपास आसपास सारी क्लास घुमा देंदे मेनू अच्छा आसपास तो होणगे तुसी आप भी चौंक जड्डे हो फिर भी मैं पतली होंदी की करा 20 जने खेलदे होणगे ना हां बड़ा खेल लुकण जी भी ओ लुकण ਚਲੋ ਬਹੁਤ ਵਧੀਆ ਜੀ ਅਗਲੇ ਨੂੰ ਵਧੀਆ ਇੰਜੋਏ ਕਰੋ ਜਵਾਕ ਹੱਸਦੇ ਨੇ ਖੇਡਦੇ ਮੈਂ ਇੱਕ ਹੋਰ ਮੈਸੇਜ ਦੇਣਾ ਹੈ ਦੋ ਜੀ ਦੋ ਇਹ ਨਾ ਦੇਖੋ ਕਿ ਕੁੜੀਆਂ ਮੋਟੀਆਂ ਨੇ ਤੇ ਹਾਂਜੀ ਅਸੀਂ ਪਸੰਦ ਨਹੀਂ ਕਰਨਾ ਨਾ 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 ਮੋਟੀਆਂ ਕੁੜੀਆਂ ਚਾਹੇ ਨੇ ਪਰ ਦਿਲ ਤਾਂ ਪਤਲੀ ਕੁੜੀਆਂ ਵਰਗਾ ਹੈ ਨਾ ਹਾਂ ਬਸ ਇਹਨੂੰ ਮੰਨੋ ਮੈਂ ਤਾਂ ਕਹਿੰਦਾ ਹੁੰਦਾ ਇਹ ਵੀ ਨਾ ਦੇਖੋ ਵੀ ਦਿਲ ਪਤਲੀਆਂ ਕੁੜੀਆਂ ਦਾ ਮੋਟੀ ਕੁੜੀ ਨੂੰ ਵਿਆਹ ਕੇ ਲਿਆਓ ਲਿਆਓ ਥੋੜੇ ਦੁਆਲੇ ਕੋਈ ਅੱਖ ਹੀ ਨਹੀਂ ਚੱਕ ਸਕਦਾ ਮੈਂ ਤਾਂ ਆਪ ਭੈਣੇ ਮੋਟੀ ਕੁੜੀ ਲੈ ਕੇ ਆਉਂ ਜੇ ਕੱਲ ਨੂੰ ਕੋਈ ਵੀ ਮੈਨੂੰ ਹਨਾ ਕੋਈ ਵੀ ਰਿਸ਼ਤੇਦਾਰ ਮੈਨੂੰ ਕੋਈ ਕਹਿੰਦਾ ਕੋਈ ਵੀ ਮੁੰਡਾ ਹਨਾ ਜਦੋਂ ਸਰਦਾਰ ਨਹੀਂ ਖੜੀ ਰਵਨੀਤ ਦੇ ਅੱਗੇ ਐ ਕਰਕੇ ਕੋਈ ਨਹੀਂ ਬੰਗਾ ਬਹੁਤ ਵਧੀਆ ਬਹੁਤ ਫਾਇਦਾ ਮੈਂ ਤਾਂ ਮੈਂ ਲੈ ਵਿਆਹ ਕੇ ਲਿਆਉਂ ਚਲੋ ਬਾਬੇ ਤਰੱਕੀ ਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਕਿਊਟ ਚਸ਼ਮਾ ਜੀ ਥੈਂਕ ਯੂ ਤੁਸੀਂ ਆਪ ਵੀ ਕਿਊਟ ਹੋ ਬਾਬੇ ਤੁਹਾਨੂੰ ਤਰੱਕੀ ਦੇਣ ਕੀ ਨਾਮ ਹੈ ਤੁਹਾਡਾ ਸਿਮਰਨ ਜੀ ਤੁਸੀਂ ਕੀ ਸੁਣਾਓਗੇ ਜੀ ਮੈਂ ਇੱਕ ਪੋਇਮ ਡੈਡੀਕੇਟ ਕਰਨੀ ਹੈ ਕਿਸੇ ਨੂੰ ਜੋ ਕੁੜੀਆਂ ਦੇ ਕੈਰੈਕਟਰ ਬਾਰੇ ਗਲਤ ਬੋਲਦੇ ਨੇ ਹਾਂ ਹਰ ਬੁਰਾ ਇਨਸਾਨ ਬੇਵਫਾ ਨਹੀਂ ਹੁੰਦਾ ਦੀਵਾ ਬੁੱਧ ਜਾਂਦਾ ਤੇਲ ਦੀ ਕਮੀ ਕਰਕੇ ਕਸੂਰ ਹਰ ਵਾਰ ਹਵਾ ਦਾ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਤੇਲ ਵਾਲੇ ਪੀਪੇ ਭਰ ਕੇ ਰੱਖਣੇ ਆਪਾਂ ਤੁਹਾਡੇ ਲਈ ਇੱਕ ਗਿਫਟ ਲੈ ਕੇ ਆਏ ਆ ਆਪਣੇ ਫਰੈਂਡਸ ਨੂੰ ਬੁਲਾਉਣਾ ਚਾਹੁੰਦੀ ਹਾਂ ਬਾਬਾ ਜੀ ਮਿਹਰ ਕਰਨੀ ਤੁਸੀਂ ਟਾਈਮ ਕੱਢਿਆ ਬੱਲੇ ਬੱਲੇ ਜੋ ਕਿ ਹੈ ਨਹੀਂ ਜੀ ਔਕਾਤ ਤੋਂ ਬਾਬਾ ਜੀ ਨੇ ਵੱਧ ਦਿੱਤਾ ਜੀ ਫਰੋਮ BCA ਮੰਡੀਰ ਟੂ ਕੰਟੀਨੀ ਮੰਡੀਰ ਬਹੁਤ ਸਾਰੀ ਤਰੱਕੀ ਤੁਹਾਡਾ ਬਹੁਤ ਸਾਰਾ ਧੰਨਵਾਦ ਥੈਂਕ ਯੂ ਸਰ ਤੁਹਾਡਾ ਵੀ ਧੰਨਵਾਦ ਜੀ ਉਹਦਾ ਧਿਆਨ ਹੀ ਫੋਟੋ ਵਾਲਾ ਵੀ ਫੋਟੋ ਖਿਚਾਣਾ ਮੈਂ ਕਹੀ ਇਹਨਾਂ ਧੰਨਵਾਦ ਉਹਦਾ ਮੂੰਹ ਹੈ ਤੁਹਾਡਾ ਵੀ ਧੰਨਵਾਦ ਜੀ ਬਾਬਾ ਜੀ ਖੋਲ ਕੇ ਦੇਖੋ ਹੁਣੇ ਜੀ ਹਾਂਜੀ ਅੱਛਾ ਜੀ ਬਹੁਤ 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 ਕਿਰਪਾ ਮਾਲਕ ਤੁਹਾਨੂੰ ਤੰਦਰੁਸਤੀ ਦੇਵੇ ਤੁਸੀਂ ਸਮਾਂ ਕੱਢਿਆ ਮਿਹਰਬਾਨੀ ਲੈ ਦਿਓ ਪਿੱਛੋਂ ਕਹਿੰਦੀ ਦਿਖਾ ਅੱਛਾ ਪਿਆਰ ਨਾਲ ਵੀ ਨਹੀਂ ਕਿਹਾ ਵੀ ਦਿਖਾ ਦਿਓ ਜਾਂ ਦਿਖਾ ਦਿਓ ਓ ਕੌਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਨਾਮ ਜੀ ਸਰ ਜਸਪ੍ਰੀਤ ਕੌਰ ਜਸਪ੍ਰੀਤ ਜੀ ਹੌਬੀ ਤੁਹਾਡੀਆਂ ਸਰ ਬਸ ਹੱਸ ਲਿਆ ਫਰੈਂਡਸ ਨਾਲ ਮਸਤੀ ਕਰ ਲਈ ਥੋੜਾ ਬਹੁਤ ਲੜ ਲਿਆ ਮੰਮੀ ਅਨ ਨਾਲ ਓਕੇ ਤੁਹਾਡਾ 2016 ਕਿਦਾਂ ਲੰਘਿਆ ਜੀ ਸਰ ਬਹੁਤ ਬੈਸਟ ਰਿਹਾ ਸਰ ਓਕੇ ਹਾਂਜੀ ਸਰ ਕਿਹੜੀ ਗੱਲ 2016 ਦੀ ਸਭ ਤੋਂ ਚੰਗੀ ਰਹੀ ਤੁਹਾਡੇ ਲਈ ਸਰ ਮੈਂ ਕਾਲਜ ਚ ਮਿਸ ਫੇਅਰਵੈਲ ਬਣੀ ਸੀ ਥਿਸ ਇਜ਼ ਅ ਵਨ ਆਫ ਦ ਬਿਗੇਸਟ ਓਕੇ ਮਿਸ ਫੇਅਰਵੈਲ ਬਣੇ ਬਹੁਤ ਵਧੀਆ ਬਾਬਾ ਜੀ ਤੁਹਾਨੂੰ ਤਰੱਕੀ ਦਿੱਤੀ ਜੀ ਥੈਂਕ ਯੂ ਸਰ ਕੀ ਸੁਣਾਓਗੇ ਸਾਨੂੰ ਸਰ ਮੈਂ ਕਾਲਜ ਦੇ ਬਾਰੇ ਕਹਿਣਾ ਚਾਹੁੰਦੀ ਹਾਂ ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਇਦਾਂ ਲੱਗਿਆ ਸੀ ਕਿ ਨਹੀਂ ਕਾਲਜ ਮਤਲਬ ਕੋਈ ਡਿਵੈਲਪਮੈਂਟ ਨਹੀਂ ਹੋ ਸਕਦੀ ਬਟ ਸਰ ਜਦੋਂ ਅਸੀਂ ਆਏ ਉਦੋਂ ਕਾਲਜ ਦੀ ਅਸੀਂ ਡਿਵੈਲਪਮੈਂਟ ਦੇਖੀ ਹੈ ਹਾਂਜੀ ਸਰ ਔਰ ਸਰ ਕਾਲਜ ਬਹੁਤ ਹੀ ਜ਼ਿਆਦਾ ਪ੍ਰੋਗਰੈਸ ਤੇ ਹੈ ਸਰ ਸਟਾਫ ਬਹੁਤ ਸਾਰੇ ਅੱਛੇ ਨੇ ਸਰ ਇੱਥੇ ਸਾਨੂੰ ਫੈਮਿਲੀ ਜੈਸਾ ਪਿਆਰ ਮਿਲਦਾ ਹੈ ਹਾਂ ਥੋੜੀ ਸਟ੍ਰਿਕਟਨੈਸ ਜ਼ਰੂਰ ਹੈ ਸਰ ਜ਼ਰੂਰੀ ਵੀ ਹੋਣੀ ਵੀ ਚਾਹੀਦੀ ਹੈ ਸਰ ਸਟ੍ਰਿਕਟਨੈਸ ਹੈ ਕਾਲਜ ਮੈਂ ਇਹ ਦੁਆ ਕਰਦਾ ਜੀ ਅਰਦਾਸ ਕਰਦਾ ਵੀ ਇਹ ਕਾਲਜ ਇਦਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਜੀ ਹਾਂਜੀ ਡਿਵੈਲਪਮੈਂਟ ਹੁੰਦੀ ਰਹੇ ਮੈਂ ਫੇਰ ਆਵਾਂ ਹਾਂਜੀ ਬੱਚੇ ਹੋਰ ਭਰੇ ਹੋਣ ਸਟਾਫ ਇੱਦੇ ਖੁਸ਼ ਰਹੇ ਤੁਹਾਨੂੰ ਝਟਕਦਾ ਵੀ ਰਹੇ ਤੁਹਾਨੂੰ ਪਿਆਰ ਵੀ ਕਰਦਾ ਰਹੇ ਤੁਹਾਨੂੰ ਬੱਚਿਆਂ ਦਾ ਪਿਆਰ ਮਿਲੇ ਤੇ ਬਾਬੇ ਤੁਹਾਨੂੰ ਤਰੱਕੀ ਦੇਣ ਹਾਂਜੀ ਔਰ ਸਰ ਲਾਸਟ ਗੱਲ ਸਰ ਅਸੀਂ ਬਹੁਤ ਹੀ ਜ਼ਿਆਦਾ ਸਰ ਸੀਰੀਅਸਲੀ ਤੁਹਾਡਾ ਸ਼ੋਅ ਬਹੁਤ ਹੀ ਜ਼ਿਆਦਾ ਪੂਰੀ ਫੈਮਿਲੀ ਦੇਖਨੇ ਸਰ ਮਿਹਰਬਾਨੀ ਮਿਹਰਬਾਨੀ ਸਰ ਤੁਸੀਂ ਬਹੁਤ ਹੀ ਕਿਊਟ ਹੋ ਥੈਂਕ ਯੂ ਸਰ ਚਲੋ ਇਹਨੇ ਬਾਕੀਆਂ ਗੱਲਾਂ ਸਾਰੀਆਂ ਐ ਕਹੀਆਂ ਜਦੋਂ ਕਿਊਟ ਬਹੁਤ ਆ ਲੈ ਵੀ ਧਰਤੀ ਮਾਤਾ ਦਾ ਮੂੰਹ ਹੀ ਗੱਡਦਾ ਜੀ ਬਾਬਾ ਚਲੋ ਬਾਬੇ ਤੁਹਾਨੂੰ ਤਰੱਕੀ ਦੇਣ ਜੀ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਵਧੀਆ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਹੈ ਵੀਰੇ ਮਨਿੰਦਰ ਸਿੰਘ ਬਹੁਤ ਸੋਹਣੀ ਪੱਗ ਜੀ ਵਧੀਆ ਵੀਰੇ ਕਿੱਥੇ ਰਹਿੰਦੇ ਹੋ ਬਰਨਾਲੇ ਰਹਿੰਦਾ ਵੀਰੇ ਇੱਥੇ ਹੀ ਪਿੰਡ ਹੈ ਸਾਡਾ ਓਕੇ ਹਾਂਜੀ ਵੀਰੇ ਪਾਪਾ ਕੀ ਕਰਦੇ ਨੇ ਪਾਪਾ ਵੀਰੇ ਖੇਤੀ ਕਰਦੇ ਨੇ ਓਕੇ ਮਦਰ ਹਾਊਸ ਵਾਈਫ ਨੇ ਹਾਂਜੀ ਓਕੇ ਹਾਊਸ ਵਾਈਫ ਤਾਂ ਮੰਮੀ ਨੇ ਆਹੋ ਮਦਰ ਹੀ ਕਿਹਾ ਮੈਂ ਕੀ ਪਹਿਲਾਂ ਕਿਹਾ ਪਹਿਲਾਂ ਪਾਪਾ ਕਿਹਾ ਤੁਸੀਂ ਨਹੀਂ ਮੈਂ ਕਿਹਾ ਪਾਪਾ ਕੀ ਕਰਦੇ ਨੇ ਪਾਪਾ ਮੈਂ ਕਿਹਾ ਖੇਤੀ ਕਰਦੇ ਨੇ ਹਾਂ ਮੈਂ ਕਿਹਾ ਮਦਰ ਹਾਊਸ ਵਾਈਫ ਨੇ ਹਾਂਜੀ ਹਾਂਜੀ ਓਕੇ 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 ਮੈਂ ਇਹ ਥੋੜੀ ਕਿਹਾ ਪਾਪਾ ਹਾਊਸ ਵਾਈਫ ਨੇ ਹਾਂਜੀ ਪਰ ਵਿਆਹ ਤੋਂ ਬਾਅਦ ਪਾਪਾ ਬਣਦੇ ਹਾਊਸ ਵਾਈਫ ਹੀ ਵੈਸੇ ਹਾਂ ਖੱਜਲ ਖੁਆਰ ਨੀਰੀ ਹੁੰਦੀ ਹੈ ਖੱਜਲ ਖੁਆਰੀ ਹੁੰਦੀ ਹੈ ਨਾ ਬਹੁਤ ਅੱਛੇ ਤੁਸੀਂ ਕਦੋਂ ਕਰਨੀ ਹੈ ਜੀ ਖੱਜਲ ਖੁਆਰੀ ਸ਼ੁਰੂ
ਬਸ ਵੀਰੇ ਹਾਲੇ ਤਾਂ ਛੇੜਨਾ ਹੀ ਨਹੀਂ ਇਹ ਵਾਲਾ ਕੰਮ ਮਿਹਰਬਾਨੀ ਬਾਬੇ ਤੁਹਾਨੂੰ ਤਰੱਕੀ ਦੇਣ ਜੀ ਖੁਸ਼ ਰਹੋ ਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਮਨਪ੍ਰੀਤ ਤੁਹਾਡਾ ਏਮ ਕੀ ਹੈ ਜ਼ਿੰਦਗੀ 'ਚ ਮੇਰਾ ਏਮ ਪੜ੍ਹ ਲਿਖ ਕੇ ਵਧੀਆ ਜੋਬ ਕਰਨਾ ਚਾਹੇ ਕੋਈ ਵੀ ਜੋਬ ਹੋਵੇ ਓਕੇ ਜਿੱਦਾਂ ਦੀ ਮਰਜ਼ੀ ਹੋਵੇ ਹਾਂਜੀ ਜੇ ਤੁਸੀਂ ਇੱਕ ਘੰਟੇ ਲਈ ਇਨਵਿਜ਼ੀਬਲ ਹੋ ਜਾਓ ਇੱਕ ਘੰਟੇ ਲਈ ਇੱਕ ਘੰਟਾ ਨਹੀਂ ਅੱਧਾ ਘੰਟਾ ਨਹੀਂ ਜੀ ਐਵੇਂ ਕਿਵੇਂ ਹੋ ਜਾਵਾਂਗੇ ਨਹੀਂ ਹੋਵੇ ਬਾਬਾ ਨੇ ਦਿੱਤੀ ਪਾਵਰ ਕੋਈ ਤੁਹਾਨੂੰ ਇੱਕ ਘੰਟੇ ਲਈ ਕੀ ਕਰੋਗੇ ਇਨਵਿਜ਼ੀਬਲ ਹੋ ਕੇ ਹਾਂ ਤੁਹਾਨੂੰ ਕੋਈ ਨਹੀਂ ਦੇਖ ਸਕਦਾ ਆਨਸਰ ਸ਼ੀਟ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਹਾਂਜੀ 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 ਇਹ 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 ਨਹੀਂ ਜੀ ਇਮਾਨਦਾਰੀ ਨਾਲ ਹੀ ਮਤਲਬ ਅੱਜ ਤੱਕ ਸਭ ਕੁਝ ਕੀਤਾ ਅੱਗੇ ਵੀ ਜਾ ਕੇ ਐਵੇਂ ਹੀ ਕਰਾਂਗੇ ਨਹੀਂ ਜੀ ਇਨਵਿਜ਼ੀਬਲ ਹੀ ਹੋ ਗਿਆ ਕੋਈ ਤੁਹਾਨੂੰ ਦੇਖ ਨਹੀਂ ਰਿਹਾ ਐਵੇਂ ਦੀ ਕੋਈ ਗੱਲ ਨਹੀਂ ਜੀ ਫਿਰ ਵੀ ਅਸੀਂ ਹੁਣ ਤੱਕ ਪੜ੍ਹਦੇ ਆਏ ਆ ਵਧੀਆ ਪੜ੍ਹਿਆ ਇਮਾਨਦਾਰੀ ਨਾਲ ਹੀ ਪੜ੍ਹਿਆ ਅੱਗੇ ਜਾ ਕੇ ਵੀ ਅਗਰ ਇਨਵਿਜ਼ੀਬਲ ਵਾਹਿਗੁਰੂ ਜੀ ਨੇ ਕਰ ਹੀ ਦਿੱਤਾ ਤਾਂ ਆਪਣੀ ਮਿਹਨਤ ਨਾਲ ਹੀ ਸਭ ਕੁਝ ਕਰਾਂਗੇ ਬਹੁਤ ਬਹੁਤ ਸਿਆਣੀ ਕੁੜੀ ਬਹੁਤ ਪੂਰੇ ਨੰਬਰ ਜੀ ਲਾਓ ਜੀ ਇਹਦੇ ਹਾਂ ਸਤਿਕਾਰ ਮਿਲ ਰਿਹਾ ਵੀਰਾ ਖੁਸ਼ ਹੈ ਪੂਰਾ ਪੂਰਾ ਵਿਆਹ ਵਾਲੇ ਦਿਨ ਵੀਰੇ ਦੇ ਚਿਹਰੇ ਤੇ ਕਿੱਦਾਂ ਦੀ ਮੁਸਕਰਾਹਟ ਸੀ ਕੀ ਬਹੁਤ ਖੁਸ਼ ਸੀ ਬਹੁਤ ਜ਼ਿਆਦਾ ਲਾਲੀ ਤੇ ਕੀ ਸੁਣਾਓਗੇ ਜੀ ਡਾਂਸ ਕਰਨਾ ਸਰ ਡਾਂਸ ਕਰੋ ਜੀ ਡਾਂਸ ਕਰੋ ਜੀ ਵੰਡੇ ਹੋਏ ਨੇ ਮਹਿਕਮੇ ਤੁਸੀਂ ਕੁੜੀ ਵੱਲ ਜੀ ਮੈਂ ਮੁੰਡੇ ਵੱਲ ਚਲੋ ਬਹੁਤ ਵਧੀਆ ਕੀ ਸੁਣਾਓਗੇ ਸਾਨੂੰ ਗਾਣਾ ਮੈਂ ਕਵਿਤਾ ਸੁਣਾਵਾਂਗੀ ਜਿਹੜੀ ਮੈਂ ਖੁਦ ਲਿਖੀ ਹੋਈ ਹੈ ਓਕੇ ਜੀ ਕਵਿਤਾ ਆਉਣ ਦੋ ਮਾਂ ਕੀ ਗੋਦ ਔਰ ਪਾਪਾ ਕੇ ਕੰਧੇ ਮਾਂ ਕੀ ਗੋਦ ਔਰ ਪਾਪਾ ਕੇ ਕੰਧੇ ਯਾਦ ਆਤੇ ਹੈ ਵੋ ਬਚਪਨ ਕੇ ਲਮੇ ਰੋਤੇ ਹੋਏ ਸੋ ਜਾਣਾ ਖੁਦ ਸੇ ਬਾਤ ਕਰਤੇ ਹੋਏ ਖੋ ਜਾਣਾ ਵੋ ਮਾਂ ਕਾ ਆਵਾਜ਼ ਲਗਾਨਾ ਔਰ ਖਾਣਾ ਆਪਣੇ ਹਾਥੋਂ ਸੇ ਖਿਲਾਨਾ ਵੋ ਜ਼ਿੱਦ ਕੇ ਲੀਏ ਨਖਰੇ ਕਰਨਾ ਅਬ ਜ਼ਿੱਦ ਵੀ ਆਪਣੀ ਔਰ ਨਖਰੇ ਵੀ ਆਪਣੇ ਕਿਸੇ ਕਹੇ ਕਿਆ ਚਾਹੀਏ ਮੰਜ਼ਿਲੋਂ ਕੋ ਢੂੰਢਨੇ ਹਮ ਕਹਾਂ ਖੋ ਗਏ ਯਾਰ ਕਿਉਂ ਹਮ ਇਤਨੇ ਬੜੇ ਹੋ ਗਏ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਲਵਪ੍ਰੀਤ ਕੌਰ ਕੀ ਸ਼ੌਂਕ ਨੇ ਕੀ ਸੁਣਾਓਗੇ ਸਿਰ ਸ਼ਾਇਰੀ ਸ਼ਾਇਰੀ ਆਉਣ ਦੋ ਸ਼ਾਇਰੀ ਬੁੱਲੇ ਸ਼ਾਹ ਜੀ ਕਹਿੰਦੇ ਨੇ ਉਸ ਦੇ ਨਾਲ ਯਾਰੀ ਕਦੇ ਨਾ ਰੱਖਿਓ ਜਿਸ ਨੂੰ ਆਪਣੇ ਤੇ ਗਰੂਰ ਹੋਵੇ ਮਾਂ ਬਾਪ ਨੂੰ ਬੁਰਾ ਨਾ ਆਖਿਓ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ ਰਾਹ ਚੱਲਦੇ ਨੂੰ ਐਵੇਂ ਦਿਲ ਨਾ ਦੇ ਦਿਓ ਚਾਹੇ ਲੱਖ ਚਿਹਰੇ ਤੇ ਨੂਰ ਹੋਵੇ ਉਹ ਬੁੱਲਿਆ ਦੋਸਤੀ ਸਿਰਫ ਉੱਥੇ ਕਰੀਏ ਜਿੱਥੇ ਦੋਸਤੀ ਨਿਭਾਉਣ ਦਾ ਦਸਤੂਰ ਹੋਵੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਵੀਰੇ ਇਕਬਾਲ ਸਿੰਘ ਬਹੁਤ ਸੋਹਣੀ ਪੱਗ ਥੈਂਕ ਯੂ ਵੀਰੇ ਤੇ ਕੀ ਸ਼ੌਂਕ ਹੈ ਭੰਗੜਾ ਕਰਦੇ ਅੱਛਾ ਭੰਗੜਾ ਜੀ ਆਓ 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 ਲਿਆਓ ਯਾਰ ਕੁੜੀਆਂ ਵਰਗਾ ਮੁੰਡਾ ਯਾਰ ਨਾ 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 ਕਿੱਥੇ ਨਹੀਂ ਲਾਉਣਾ ਇੱਥੇ ਨਹੀਂ ਲਾਉਣਾ ਕਿ ਇੱਥੇ ਨਹੀਂ ਲਾਉਣਾ ਇੱਥੇ ਜੀ ਨਾ ਮੈਂ ਤਾਂ ਇਹਨੂੰ ਕਿਹਾ ਕੁੜੀਆਂ ਵਾਲਾ ਮੁੰਡਾ ਠੀਕ ਹੈ ਠੀਕ ਹੈ ਹਾਂਜੀ 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 ਇਹ ਤਾਂ ਰਵਾਈ ਲੱਗਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਤੁਹਾਡਾ ਰਵਿੰਦਰ ਕੌਰ ਰਵਿੰਦਰ ਜੀ ਤੁਸੀਂ ਕੀ ਪੜ੍ਹਦੇ ਹੋ ਕਿਹੜੇ ਸਬਜੈਕਟ ਨੇ ਤੁਹਾਡੇ ਕੋਲ ਬੀਕਮ ਫਾਈਨਲ ਇਅਰ ਬੀਕਮ ਫਾਈਨਲ ਇਅਰ ਅੱਗੇ ਮਾਸਟਰਸ ਵੀ ਕਰਨੀ ਹੈ ਯੈਸ ਸਰ ਓਕੇ ਉਹ ਕਿੱਥੋਂ ਕਰਨੀ ਹੈ ਜੀ ਕੀ ਸੋਚਿਆ ਅੱਗੇ ਸਰ ਦੇਖਦੇ ਆ ਜਾਂ ਇੱਥੋਂ ਹੀ ਜਾਂ ਫਿਰ ਕਿਸੇ ਹੋਰ ਇੱਥੇ ਵਧੀਆ ਇੱਥੇ ਹਾਂਜੀ ਇੱਥੇ ਵਧੀਆ ਬਹੁਤ ਵਧੀਆ ਨਾਲੇ ਤਾਂ ਪਿੰਡ ਦੇ ਨੇੜੇ ਨਾਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹਾਂਜੀ ਨਾਲੇ ਮਾਰਿਆ ਦਾ ਆਸ਼ੀਰਵਾਦ ਨਾਲੇ ਪੜ੍ਹਾਈ ਹਾਂਜੀ ਪਿੱਛੋਂ ਇੱਕ ਜਣਾ ਬੋਲਿਆ ਵੀ ਨਾਲੇ ਰੋਟੀਆਂ ਖਾਵਾਂਗੇ ਸਾਰੀ ਰਿਸ਼ਤੇਦਾਰ ਦਾ ਹੋਇਆ
ਮੇਰੇ ਬ੍ਰਦਰ ਦਾ ਹੋਇਆ ਹੈ, ਮਾਮਾ ਜੀ ਦਾ ਮੁੰਡਾ ਹੈ, ਕਜ਼ਨ ਬ੍ਰਦਰ। ਓਕੇ, ਕਿੱਥੇ ਕਦੋਂ ਹੋਇਆ ਵਿਆਹ? ਉਹ ਲਾਲੜੂ ਦੇ। ਓਕੇ, ਲਾਲੜੂ ਦੇ ਨੇ? ਹਾਂਜੀ ਹਾਂਜੀ। ਉਹ ਕੋਈ ਨਹੀਂ, ਫਿਰ ਲਾਲੜੂ ਵਾਲਾ ਵਿਆਹ ਤਾਂ ਹੁੰਦਾ ਹੀ। ਹਾਂਜੀ, ਇਹਨੇ ਕਿੱਥੇ ਜੇ ਕਿਹਾ ਵੀ ਉਹ ਲਾਲੜੂ ਨੇ? ਨਹੀਂ, ਮਤਲਬ ਉਹ ਲਾਲੜੂ ਰਹਿੰਦੇ ਨੇ। ਅੱਛਾ, ਤੇ ਯਮੁਨਾ ਨਗਰ ਦੀ ਉਹਨਾਂ ਦੀ ਵਾਈਫ ਹੈ। ਓਕੇ, ਬਹੁਤ ਵਧੀਆ। ਭਰਜਾਈ ਵਧੀਆ? ਹਾਂਜੀ, ਬਹੁਤ ਸੋਹਣੇ ਨੇ। ਅੱਛਾ ਜੀ, ਮੈਂ ਪੁੱਛਿਆ ਵਧੀਆ ਸੋਹਣੇ ਨੇ? ਨਹੀਂ, ਵਧੀਆ ਵੀ ਨੇ। ਹਾਂਜੀ, ਨੇਚਰ ਵੀ ਬਹੁਤ ਵਧੀਆ ਹੈ ਤੇ ਵੈਸੇ ਵੀ ਬਹੁਤ ਸੋਹਣੇ ਨੇ। ਓਕੇ, ਕੀ ਬਾਤ ਹੈ, ਕੀ ਬਾਤ ਹੈ। ਵੀਰਾ ਸੋਹਣਾ ਕਿ ਵੱਧ ਭਰਜਾਈ? ਭਰਜਾਈ ਜ਼ਿਆਦਾ ਸੋਹਣੀ ਹੈ। ਅੱਛਾ, ਚਲੋ ਕੋਈ ਨਹੀਂ ਕੋਈ ਨਹੀਂ, ਵਧੀਆ ਗੱਲ ਹੈ। ਜਿਹੜਾ ਘਰ ਆਇਆ ਹਨਾ ਮਹਿਮਾਨ, ਉਹਦੀ ਵੱਧ ਤਾਰੀਫ ਕਰੀਏ। ਨਹੀਂ ਜੀ, ਵੈਸੇ ਭਰਜਾਈ ਜ਼ਿਆਦਾ ਸੋਹਣੀ ਹੈ। ਅੱਛਾ, ਸੱਚੀ ਸੋਹਣੀ ਹੈ? ਹਾਂਜੀ, ਸੱਚੀ ਸੋਹਣੀ ਹੈ। ਲਵ ਮੈਰਿਜ ਹੈ ਕਿ ਅਰੇਂਜ ਮੈਰਿਜ? ਨਹੀਂ ਜੀ, ਅਰੇਂਜ ਹੈ। ਓਕੇ ਓਕੇ, ਫਿਰ ਤਾਂ ਰੱਬ ਨੇ ਵਧੀਆ ਕਰਤਾ ਕੰਮ। ਹਾਂਜੀ, ਕੀ ਸੁਣਾਓਗੇ ਜੀ? ਸਰ, ਮੇਰੀ ਪੋਇਟਰੀ ਹੈ। ਸੁਣਾਓ ਜੀ, ਸੁਣਾਓ। ਸਰ, ਮੇਰੇ ਭਰਾ ਦੀ ਲਿਖੀ ਹੋਈ ਹੈ। ਉਹੀ ਜੀ ਤਾਂ ਵਿਆਹ ਹੋਇਆ ਜੀ? ਨਹੀਂ ਸਰ, ਵੈਸੇ ਉਹ ਤਾਂ ਹੁਣ ਲਿਖਣ ਲੱਗ ਗਿਆ ਜੀ। ਹਣਾ ਜੀ, ਉਹਦੀ ਪੋਇਟਰੀ ਪੂਟੀ ਤਾਂ ਸ਼ਾਇਰੀ ਮੁੱਕ ਗਈ ਜੀ। ਨਹੀਂ ਜੀ, ਨਹੀਂ, ਮੇਰੇ ਭਰਜਾਈ ਇੰਨੇ ਮਾੜੇ ਨਹੀਂ ਹੈ। ਮਾੜੇ ਥੋੜੀ, ਮੈਂ ਕਦੋਂ ਕਿਹਾ ਜੀ ਮਾੜੇ ਜੀ? ਉਹਨਾਂ ਦੀ ਸ਼ਾਇਰੀ ਘਰੇ ਆ ਗਈ ਜੀ ਹੁਣ ਤਾਂ, ਜਿਹਦੇ ਲਈ ਲਿਖਣੀ ਹੈ ਜੀ। ਹਾਂਜੀ, ਚਲੋ ਜੀ। ਮੇਰੀ ਪੋਇਟਰੀ ਦਾ ਟਾਈਟਲ ਹੈ ਧੀ ਦਾ ਵਜੂਦ ਜੱਗ ਤੇ। ਕੀ ਬਾਤ ਹੈ ਜੀ! ਮਾਂ ਦਾ ਦਰਜਾ ਉੱਚਾ ਜੱਗ ਤੇ, ਮਾਂ ਦਾ ਦਰਜਾ ਉੱਚਾ ਜੱਗ ਤੇ, ਜਿਹਨੂੰ ਰੱਬ ਦੀ ਥਾਂ ਦੀ ਰੱਖਦੇ, ਹੋਈ ਉਹ ਵੀ ਕਿਸੇ ਦੀ ਧੀ ਹੈ ਜੱਗ ਤੇ, ਹੋਈ ਉਹ ਵੀ ਕਿਸੇ ਦੀ ਧੀ ਹੈ ਜੱਗ ਤੇ, ਜਿਹਦੇ ਜੰਮਣ ਤੋਂ ਡਰਦੇ ਹਾਂ, ਆਖੇ ਨੰਨੀ ਛਾਂ ਹੱਕ ਜੰਮਣ ਦਾ ਪੂਰਾ ਸਾਡਾ ਏ, ਆਖੇ ਨੰਨੀ ਛਾਂ ਹੱਕ ਜੰਮਣ ਦਾ ਪੂਰਾ ਸਾਡਾ ਏ, ਆਖੇ ਧੀ ਕੁੱਖ ਨਾ ਮਾਰ ਬਾਬ ਲਾਵੇ, ਇਹ ਵੀ ਆਖ ਜਗਤ ਸੁਣਾਉਂਦਾ ਏ, ਇਹ ਵੀ ਆਖ ਜਗਤ ਸੁਣਾਉਂਦਾ ਏ, ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦਰਦ ਵੰਡਾਉਂਦੀਆਂ ਨੇ, ਜਦੋਂ ਧੀ ਬਣ ਕੇ ਮਾਂ ਦਾ ਸਾਥ ਨਿਭਾਉਂਦੀ ਏ, ਜਦੋਂ ਧੀ ਬਣ ਕੇ ਮਾਂ ਦਾ ਸਾਥ ਨਿਭਾਉਂਦੀ ਏ, ਬਣ ਭੈਣ ਭਰਾਵਾਂ ਨਾਲ ਲਾੜ ਲੜਾਉਂਦੀ ਏ, ਪਤਨੀ ਬਣ ਕੇ ਕਿਸੇ ਹੋਰ ਦਾ ਘਰ ਵਸਾਉਂਦੀ ਏ, ਖੁਸ਼ੀਆਂ ਵੰਡੇ ਦੂਜੇ ਖੇੜੇ ਜਿੱਥੇ ਅਗਲਾ ਵੰਸ਼ ਚਲਾਉਂਦੀ ਏ, ਐਨੀ ਜ਼ਿੰਮੇਵਾਰੀਆਂ ਚੁੱਕ ਕੇ ਸਿਰ ਤੇ ਮਾਂ ਦਾ ਦਰਜਾ ਪਾਉਂਦੀ ਏ, ਤੇ ਰੂਪ ਰੱਬ ਦਾ ਅਖਵਾਉਂਦੀ ਏ, ਫੇਰ ਵੀ ਮਾਏ ਕਿਉਂ ਧੀ ਨੂੰ ਕੁੱਖ ਮਿਟਾਉਂਦੀ ਏ, ਜਿਹੜੀ ਜਗਤ ਬਣਾਉਂਦੀ ਏ। ਕਿਆ ਬਾਤ ਹੈ, ਕਿਆ ਬਹੁਤ ਵਧੀਆ ਕਿਹਨੇ ਲਿਖੀ ਹੈ? ਤੁਹਾਡੇ ਵੀਰੇ ਲਿਖੀ ਜੀ? ਹਾਂਜੀ, ਮੇਰੇ ਬ੍ਰਦਰ ਨੇ। ਬਹੁਤ ਵਧੀਆ ਕਲਮ ਹੈ ਜੀ। ਤੁਸੀਂ ਕਿੱਥੇ ਰਹਿੰਦੇ ਹੋ ਜੀ? ਸਰ, ਨਾਲੇ ਪਿੰਡ ਹੈ। ਕਿਹੜਾ ਜੀ? ਭੜੋਗ। ਭੜੋਗ ਪਿੰਡ ਹੈ ਜੀ? ਹਾਂਜੀ। ਉੱਥੇ ਕਿ ਮੇਰੇ ਅੰਕਲ ਰਹਿੰਦੇ ਨੇ, ਗੁਰਮੇਲ ਅੰਕਲ। ਉਹ ਮੇਰੇ ਡੈਡੀ ਨੇ। ਪਾਪਾ ਨੇ ਫੋਟੋ? ਹਾਂਜੀ। ਕਿਆ ਬਾਤ ਹੈ, ਕਿਆ ਬਾਤ ਹੈ! ਨਹੀਂ, ਮੈਂ ਜਾਣਦਾ ਨਹੀਂ, ਕਾਰਡ ਤੋਂ ਹੀ ਪੜਿਆ ਨਾ। ਚਲੋ, ਬਹੁਤ ਵਧੀਆ, ਥੈਂਕ ਯੂ ਸਰ। ਹੁਣ ਜਾਣਦੇ ਆ। ਕੁਝ ਰਹੋ, ਆਜੋ। ਸਤਿ ਸ਼੍ਰੀ ਅਕਾਲ ਸਰ ਜੀ ਸ਼ੁਕਰ ਹੈ ਬੋਲਿਆ ਹੋਵੇ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਂ ਹੈ ਤੁਹਾਡਾ ਸਰ ਮੇਰਾ ਨਾਮ ਹਰਦੀਪ ਕੁਮਾਰ ਹੈ ਹਰਦੀਪ ਕੁਮਾਰ ਹਾਂਜੀ ਸਰ ਕਿੰਨੇ ਪਰਸੈਂਟ ਨੰਬਰ ਆਏ ਸੈਕੰਡ ਈਅਰ ਚ ਸਰ ਅਭੀ ਰਹੀ ਹੈ ਹੈਂ ਅਭੀ ਸਰ ਰ
ਦੁਬਾਰਾ ਦੇ ਦੇਣਗੇ ਐਗਜ਼ਾਮ ਯਾਰ ਡਿਗ ਡਿਗ ਕਈ ਬੰਦੇ ਖੜਦੇ ਨੇ ਹਾਂਜੀ ਸਰ ਕੋਈ ਚੱਕਰ ਨਹੀਂ ਹੈਗੀ ਕੋਈ ਚੱਕਰ ਨਹੀਂ ਹੈਗਾ ਹੋਰ ਸੁਣਾ ਨਵੀਤਾ ਜੀ ਬਹੁਤ ਵਧੀਆ ਸਰ ਆਪ ਸੁਣਾਓ ਜਦੋਂ ਰੀਪੇਅਰ ਆਈ ਕਰ ਦੇਣਾ ਕੁਛ ਗਿਆ ਨਹੀਂ ਸਰ ਉਹਨਾਂ ਕੋ ਪਤਾ ਹੈ ਵੀ ਹਮਾਰਾ ਲੜਕਾ ਐਸਾ ਹੀ ਹੈ ਨਹੀਂ ਸਰ ਆਪਣੇ ਜਵਾਕ ਦਾ ਪਤਾ ਹੁੰਦਾ ਨਾ ਜੀ ਨਹੀਂ ਸਰ ਅੱਜ ਤੱਕ ਮੈਨੇ ਨਾ ਕਬੀ ਰੀ ਨੀਲੀ ਫਸਟ ਟਾਈਮ ਆਈ ਹੈ ਓਕੇ ਔਰ ਇਨਕੋ ਕਲੀਅਰ ਕਰੂੰਗਾ ਮੈਂ ਨਾ ਨਾ ਕਰ ਦੇਣਾ ਤੂੰ ਉਹ ਤਾਂ ਸਰ ਕਰਨੀ ਹੈ ਕਲੀਅਰ ਤੇਰਾ ਚਿਹਰਾ ਦੱਸ ਰਿਹਾ ਤਾਂ ਕਰ ਦੇਣਾ ਤੇ ਵੱਡੇ ਚੱਕ ਦੇਣੇ ਮੈਨੂੰ ਪਤਾ ਹੋਰ ਕੀ ਸ਼ੌਂਕ ਹੈ ਆ ਅੱਜ ਬਹੁਤ ਤਿਆਰੀ ਤਿਉਰੀ ਕਸੀ ਹੈ ਕੋਟ ਕਟ ਪਾਇਆ ਲਾਗੇ ਪਿੰਡ ਵਿਆਹ ਵੀ ਸੀ ਕੋਈ स्पेशल आपके लिए आए स्पेशल हो तेरी स्पेशलिटी हो ए। पता चला है कि सर हमारे कॉलेज आ रहे हैं किसको पता है पापा के शौक पूछे नहीं कब नहीं पापा का नेचर कैसा है सर बहुत अच्छे हैं अच्छा मम्मी पापा सबको दे बहुत बहुत वधिया बहुत वधिया कदे झिड़कते भी है कदे नहीं सर कभी आज तक ना तो उन्होंने मारा है ना कभी डांटा है बहुत प्यार से रखते हैं हमें सबको ओके 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 कितने भैन भरा तुसी सर मेरे दो ब्रदर हैं एक सिस्टर है जो मैरिड है ओके ओके दीदी किथे ब्याह गए सर पटियाला के पास बहादुरगढ़ विलेज है बहादुरगढ़ हाँ जी सर बहादुरगढ़ ने नहीं सर मशीन होती है मशीन
वो है उनके पास। वाह 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 कंबाइन है। आज क्या सुनाना है? सब सॉन्ग सुनाना। आओ आओ आओ। गल गल ते गुस्से होए तू होके बह जाने मैनू जावेगा छड़ के सोवारी कह जाने झूठा सचिया वरगा एवें मचिया वरगा तेरिया फिकरां नू ता जानी वे मैं पाल दी मरगी। ਕੀ ਨਾਮ ਜੀ ਤੁਹਾਡਾ? ਅਮਨਪ੍ਰੀਤ ਕੌਰ। ਅਮਨਪ੍ਰੀਤ, ਹਾਂਜੀ ਸਰ। ਹੋਰ ਸੁਣਾਓ ਜੀ ਨਵੀਂ ਤਾਜ਼ੀ ਤੁਹਾਡੇ? ਵਧੀਆ ਜੀ। ਵਧੀਆ ਜੀ, ਹਾਂਜੀ। ਸੁਣਾਓਗੇ ਕੀ ਹੁਣ? ਨਹੀਂ ਸਰ, ਅਸੀਂ ਗਿੱਧਾ ਕਰਨਾ ਹੈ। ਅੱਛਾ ਜੀ, ਉਹ ਐਂਡ 'ਚ ਮੈਂ ਗਿੱਧਾ ਹੁਣ ਹੀ ਕਰਨਾ ਜੀ। ਅੱਛਾ, ਇਹ ਤਾਂ ਫਿਰ ਇਹ ਤਾਂ ਧੱਕਿਆ ਬਈ, ਮੈਂ ਕਿਹਾ ਮੈਂ ਐਂਡ 'ਚ ਕਰੂੰਗਾ, ਹੁਣ ਹੀ ਕਰਨਾ। ਤੂੰ ਸਾਡੇ ਕਾਲਜ ਆਇਆ ਕਰਾਂਗੇ, ਹੁਣ ਹੀ ਕਰਾਂਗੇ ਦੱਸ। ਫਿਰ ਸਵਾਗਤ ਹੈ ਜੀ ਕੰਟੀਨਿਊ ਮਡੀਰ ਸ਼ੋਅ ਦੇ ਵਿੱਚ। ਬਹੁਤ ਟੈਲੈਂਟਡ ਬੱਚੇ ਇਸ ਕਾਲਜ ਦੇ, ਹਜੇ ਕਿ ਪੰਜੋਖੜਾ ਸਾਹਿਬ ਥੋੜ੍ਹਾ ਸਾਈਡ 'ਤੇ ਪੈਂਦਾ, ਪਰ ਬੱਚੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿੰਦਾ ਜੀ ਬਹੁਤ ਟੈਲੈਂਟਡ ਨੇ ਜੀ, ਅਤੇ ਇਹਦੇ ਵਿੱਚ ਤੁਹਾਡਾ ਬਹੁਤ ਸਾਰਾ ਯੋਗਦਾਨ ਹੈ। ਡਾਕਟਰ ਸੁਖਦੇਵ ਸਿੰਘ ਜੀ ਇੱਥੋਂ ਦੇ ਪ੍ਰਿੰਸੀਪਲ ਨੇ ਜੀ, ਮੈਂ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਨੂੰ ਵੀ। ਬਹੁਤ ਟੈਲੈਂਟਡ ਨੇ ਬੱਚੇ, ਬਹੁਤ ਹੋਣਹਾਰ ਨੇ ਬੱਚੇ, ਪੜ੍ਹਾਈ 'ਚ ਵੀ ਅੱਗੇ ਨੇ, ਕਲਚਰਲ ਐਕਟੀਵਿਟੀਜ਼ ਵੀ ਅੱਗੇ ਨੇ। ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਬਾਦ, ਕਿਉਂਕਿ ਤੁਸੀਂ ਇਸ ਮੁਕਾਮ 'ਤੇ ਪਹੁੰਚੇ ਹੋ। ਜਦੋਂ ਮੈਂ ਤੁਹਾਨੂੰ ਵੇਖਿਆ ਸੀ, ਹਾਂਜੀ ਹਾਂਜੀ ਹਾਂਜੀ, ਮੈਨੂੰ ਇਹ ਤੁਹਾਨੂੰ ਵੇਖ ਕੇ ਲੱਗਾ ਸੀ ਕਿ ਤੁਹਾਡੇ 'ਚ ਇੰਨਾ ਕੌਨਫੀਡੈਂਟ ਸੀ ਕਿ ਤੁਸੀਂ ਕਿਤੇ ਨਾ ਕਿਤੇ ਪਹੁੰਚੋਗੇ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਜਿਹੜੀ ਅਸੈਸਮੈਂਟ ਸੀ ਉਹ ਬਿਲਕੁਲ ਸਹੀ ਨਿਕਲੀ, ਅਤੇ ਅੱਜ ਤੁਸੀਂ ਜਸਟ ਲਾਈਕ ਐਨ ਆਈਕੋਨ ਤੁਸੀਂ ਕੰਮ ਕਰ ਰਹੇ ਹੋ। ਟੀਚਰ ਤਾਂ ਹੁੰਦਾ ਹੀ ਗੁਰੂ ਹੈ ਜੀ, ਉਹ ਕਹਿੰਦੇ ਅੱਖ ਪਛਾਣ ਲੈਂਦਾ ਹੁੰਦਾ। ਮੈਂ 2010-11 ਦੀ ਗੱਲ ਹੈ ਜੀ, ਉਦੋਂ ਮੈਂ ਪੜ੍ਹਦਾ ਹੁੰਦਾ ਸੀਗਾ, ਉਦੋਂ ਮੈਂ ਕਿਸੇ ਸਟੇਜ ਦੇ ਉੱਤੇ, ਆਪਾਂ ਬੰਦਾ ਜਦੋਂ ਕੋਸ਼ਿਸ਼ਾਂ ਹੁੰਦੀਆਂ ਜਾ ਰਹੀ, ਹਜੇ ਵੀ ਕੋਸ਼ਿਸ਼ ਜਾ ਰਹੀ ਹੈ, ਸਦਾ ਹੀ ਰਹਿਣੀ ਹੈ। ਉਦੋਂ ਸਰ ਨੇ ਮੈਨੂੰ ਦੇਖਿਆ ਸੀਗਾ, ਅਤੇ ਉਦੋਂ ਦੀਆਂ ਗੁੱਡ ਵਿਸ਼ ਸਰ ਨੇ ਮੈਨੂੰ ਦਿੱਤੀਆਂ। ਅਤੇ ਇੱਕ ਗੱਲ, ਖਾਸ ਗੱਲ ਹੋਰ ਵੀ ਹੈ ਕਿ ਪਾਪਾ ਦੇ ਬਹੁਤ ਪਰਮ ਪਿਆਰੇ ਮਿੱਤਰ ਨੇ ਜੀ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਸਰ ਤੁਹਾਡੇ ਕਾਲਜ ਆ ਕੇ। ਸਰ ਕਦੋਂ ਜੁਆਇਨ ਕੀਤਾ ਜੀ? ਮੈਂ 2011 ਦੇ ਵਿੱਚ ਇਸ ਕਾਲਜ ਜੁਆਇਨ ਕੀਤਾ, ਜਦੋਂ ਇਹ ਕਾਲਜ SGPC ਨੇ ਟੇਕ ਓਵਰ ਕੀਤਾ ਜੀ। ਤਾਂ ਇਹ ਜਿਹੜਾ ਕਾਲਜ ਹੈ, ਇਸ ਪੰਜੋਖਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋ 8ਵੇਂ ਗੁਰੂ ਸੀ ਸਾਡੇ, ਉਹ ਦਿੱਲੀ ਨੂੰ ਜਾਂਦੇ ਹੋਏ 3 ਦਿਨ ਇੱਥੇ ਰੁਕੇ ਸੀ, ਅਤੇ ਸੰਗਤਾਂ ਨਾਲ ਉਹਨਾਂ ਨੇ ਆਪਣੇ ਵਿਚਾਰ ਰੱਖਿਆ ਸੀ, ਵਿਚਾਰ ਵਿਮਰਸ਼ ਕੀਤਾ ਸੀ। ਤਾਂ ਉੱਥੇ ਇੱਕ ਲਾਲਚੰਦ ਨਾਂ ਦੇ ਵਿਅਕਤੀ ਨੂੰ ਇੱਕ ਸ਼ੰਕਾ ਪੈਦਾ ਹੋਈ ਵੀ ਇਹ ਕਿਹੜੇ ਗੁਰੂ 'ਤੇ ਸ਼ੰਕਾ ਪੈਦਾ ਹੋਈ। ਉਸ ਸ਼ੰਕਾ ਨੂੰ ਦੂਰ ਕਰਨ ਲਈ ਗੁਰੂ ਜੀ ਮਹਾਰਾਜ ਨੇ ਗੁੰਗੇ ਅਤੇ ਬੋਲੇ 'ਚ ਸੱਜੂ ਝੀਵਰ ਕੋਲੋਂ ਗੀਤਾ ਦੇ ਅਰਥ ਕਰਵਾਏ, ਅਤੇ ਉਹਦੀ ਸ਼ੰਕਾ ਦੂਰ ਕੀਤੀ, ਅਤੇ ਉਹ ਗੁਰੂ ਜੀ ਦੇ ਚਰਨਾਂ 'ਚ ਡਿੱਗ ਪਿਆ, ਅਤੇ ਚਰਨਾਂ 'ਚ ਡਿੱਗ ਕੇ ਉਹਨੇ ਮਾਫ਼ੀ ਮੰਗੀ। ਅਤੇ ਇਸ ਸਥਾਨ 'ਤੇ ਜਿੱਥੇ ਨਿਸ਼ਾਨ ਸਾਹਿਬ ਉਹਨਾਂ ਗੁਰੂ ਜੀ ਨੇ ਸੰਸ਼ੋਧਿਤ ਕੀਤਾ, ਔਰ ਇਹ ਵੀ ਕਿਹਾ ਕਿ ਜਿਹੜੀ ਸੰਗਤ ਇੱਥੇ ਆਏਗੀ ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ। ਸੋ ਇਹ ਉਹ ਪਵਿੱਤਰ ਜਗ੍ਹਾ ਜਿੱਥੇ ਸਾਡਾ ਕਾਲਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਂ 'ਤੇ ਚੱਲ। ਬਹੁਤ ਲੱਕੀ ਹੋ ਜੀ ਤੁਸੀਂ ਸਾਰੇ, ਅਤੇ ਧੰਨ ਭਾਗ ਸਾਡੇ ਕਿ ਅਸੀਂ ਵੀ ਇਸ ਥਾਂ 'ਤੇ ਆਏ, ਅਤੇ ਤੁਸੀਂ ਇਸ ਥਾਂ ਦੇ ਉੱਤੇ ਬਹੁਤ ਵਧੀਆ ਕਾਲਜ ਪੜ੍ਹਦੇ ਹੋ, ਪੜ੍ਹਾਉਂਦੇ ਹੋ। ਦੂਜੀ ਗੱਲ, ਇਸ ਕਾਲਜ ਦੇ ਵਿੱਚ BA BCOM ਜੀ, BBA BCA PGDC MA ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਫਲੇਟਡ ਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈਗਾ। ਅਤੇ ਖੇਡਾਂ ਦੀ ਜੇ ਮੈਂ ਗੱਲ ਕਰਾਂ, ਇਸ ਸਾਲ ਇਹ ਖੇਡਾਂ 'ਚ ਵੀ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਹਾਕੀ ਦੀ ਚੈਂਪੀਅਨਸ਼ਿਪ ਜਿੱਤੀ ਹੈ, ਅਤੇ ਵੱਖ ਵੱਖ ਖੇਡਾਂ 'ਚ ਵੀ ਅਸੀਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ। ਸਾਨੂੰ ਬੜਾ ਮਾਣ ਹੈ ਸਾਡੇ ਵਿਦਿਆਰਥੀਆਂ 'ਤੇ, ਚਾਹੇ ਉਹ ਕਲਚਰਲ ਹੈ। ਜੇ ਮੈਂ ਸੱਭਿਆਚਾਰਕ ਸਰਗਰਮੀਆਂ ਦੀ ਗੱਲ ਕਰਾਂ, ਤਾਂ ਸਾਡੀ ਜਿਹੜੀ ਅੰਬਾਲਾ ਜ਼ੋਨ ਦਾ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਸੀ, ਉਹਦੇ 'ਚ ਅਸੀਂ ਯੂਥ ਫੈਸਟੀਵਲ ਦੇ ਵਿੱਚ ਗਿੱਧੇ ਸੈਕਿੰਡ ਪੋਜੀਸ਼ਨ ਲਈ ਹੈ। ਬਹੁਤ ਵਧੀਆ, ਬਹੁਤ ਵਧੀਆ। ਕਹਿੰਦੇ ਜਦੋਂ ਬੱਚੇ ਕਾਲਜ ਦੇ ਵਿੱਚ ਵਧੀਆ ਹੋਣ, ਤਾਂ ਸਾਰੇ ਪ੍ਰਿੰਸੀਪਲ ਹੋਰਾਂ ਦਾ ਅਤੇ ਟੀਚਰਸ ਦਾ ਇਹ ਫਲ ਹੀ ਹੁੰਦਾ ਜੀ ਤੁਹਾਨੂੰ, ਕਿ ਇੰਨੇ ਬਹੁਤ ਤੁਹਾਨੂੰ ਚੰਗੇ ਬੱਚੇ ਮਿਲੇ, ਹੋਰ ਤੁਸੀਂ ਇਹਨਾਂ ਨੂੰ ਪੜ੍ਹਾਉਣਾ ਜੀ, ਹੋਰ ਵਧੀਆ ਕਰਨਾ ਇਹਨਾਂ ਨੂੰ। ਅਤੇ ਸਰ ਤੁਸੀਂ ਪਹਿਲਾਂ ਫਤਿਹਗੜ੍ਹ ਸਾਹਿਬ ਸੀਗੇ ਜੀ? ਜੀ ਬਿਲਕੁਲ ਜੀ। ਅਤੇ 2011 'ਚ ਤੁਸੀਂ ਇੱਥੇ ਆਏ ਜੀ, ਕਿੰਨੀ ਕੁ ਮਿਹਨਤ ਕੀਤੀ, ਕਿੰਨੀ ਕੁ ਮਿਹਨਤ ਜਾਰੀ ਹੈ? ਆਪਾਂ ਇਹ ਕਹਿ ਸਕਦੇ ਕਿ ਰਾਈਟ ਫਰੋਮ ਦਾ ਬਰਥ। ਹਾਂਜੀ। ਅਤੇ ਮਹਾਰਾਜ ਬੰਦਾ ਤਾਂ ਕੁਛ ਨਹੀਂ ਕਰਦਾ, ਇਹ ਤਾਂ ਮਹਾਰਾਜ ਕਰਾਉਂਦਾ, ਅਤੇ ਅਸੀਂ ਉਹ ਕਰੀ ਜਾਂਦੇ ਹਾਂ, ਅਤੇ ਤੁਹਾਨੂੰ ਉਹ ਪ੍ਰਾਪਤੀਆਂ ਹੋ ਰਹੀਆਂ ਨੇ, ਔਰ ਅੱਗੇ ਵੀ ਅਸੀਂ ਆਸ ਕਰਦੇ ਹਾਂ ਕਿ ਮਹਾਰਾਜ ਦੀ ਕਿਰਪਾ ਹੈਗੀ ਆ, ਉਹਨਾਂ ਨੇ ਸਾਡੇ ਸ਼ੇਰ 'ਤੇ ਸੜੀ ਰੱਖੀ ਹੋਈ ਆ, ਅਤੇ ਅਸੀਂ ਬਾਬਾ ਜੀ ਤਰੱਕੀ ਦੇਣ ਜੀ, ਇੱਦਾਂ ਹੀ ਬਾਬਾ ਜੀ ਤਰੱਕੀ ਦੇਣ ਸਾਰੇ ਸਟਾਫ ਨੂੰ, ਸਾਰੇ ਬੱਚਿਆਂ ਨੂੰ। ਅਤੇ ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਸਰ ਜੀ ਗੱਲ ਕਰਕੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਬਾਤ ਹੈ ਬਹੁਤ ਟਾਰਗੇਟ ਰੱਖੀ ਜੀ ਤੁਹਾਡਾ ਕੀ ਸ਼ੁਭ ਨਾਮ ਜੀ ਰਾਮ ਕੁਮਾਰ ਸੈਣੀ ਸੈਣੀ ਸਰ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਇਕਨੋਮਿਕਸ ਹੈਗਾ ਜੀ ਇਕਨੋਮਿਕਸ ਹਾਂਜੀ ਤੇ ਕਿੰਨੇ ਚਿਰ ਤੋਂ ਪੜ੍ਹਾ ਰਹੇ ਹੋ ਜੀ ਇਸ ਕਾਲਜ ਦੇ ਵਿੱਚ 96 ਤੋਂ ਜੀ 96 ਹਾਂਜੀ 96 ਤੋਂ ਹਾਂਜੀ ਓਕੇ ਓਕੇ ਕਿੱਦਾਂ ਦਾ ਰਿਹਾ ਜੀ ਹੁਣ ਤੱਕ ਦਾ ਸਫ਼ਰ ਬਹੁਤ ਹੀ ਬੜੀਆ ਤੇ ਸਟਰਗਲਫੁਲ ਸਫ਼ਰ ਹੈਗਾ ਸਟਰਗਲਫੁਲ ਸਟਰਗਲ ਹੁਣ ਵੀ ਜਾਰੀ ਹੈ ਜੀ ਹਾਂਜੀ ਓਕੇ ਜੀ ਓਕੇ ਜ਼ਿੰਦਗੀ ਦਾ ਨਾਮ ਹੀ ਸਟਰਗਲ ਹੈਗਾ ਜ਼ਿੰਦਗੀ ਹੈ ਹੀ ਸਟਰਗਲ ਹੈ ਜੀ ਹਾਂਜੀ ਓਕੇ ਵਿਆਹ ਕਦੋਂ ਹੋਇਆ ਜੀ ਵਿਆਹ ਹੋ ਗਿਆ ਜੀ ਸੋਚਣਾ ਪੈਣਾ ਇਹ ਯਾਦ ਰੱਖੋ ਜਿਹੜੀ ਅਸਲ ਸਟਰਗਲ ਆ ਉਹ ਤੁਸੀਂ ਯਾਦ ਨਹੀਂ ਰੱਖ ਲਏ ਉਹ ਸਟਰਗਲ ਨਹੀਂ ਆ ਨਾ ਅਚੀਵਮੈਂਟ ਹੈ ਉਹ ਅਚੀਵਮੈਂਟ ਹੈ ਪਰ ਕੀਤੀ ਤਾਂ ਸਟਰਗਲ ਹੀ ਹੈ ਨਾ ਜੀ ਹਾਂਜੀ ਸਟਰਗਲ ਕੀਤੀ ਹੈ ਅੱਛਾ ਮੈਡਮ ਕੀ ਕਰਦੇ ਨੇ ਜੀ ਮੈਡਮ ਪ੍ਰਿੰਸੀਪਲ ਨੇ ਬੱਲੇ 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 ਉਹ ਕਿੱਥੇ ਪੜਾਉਂਦੇ ਨੇ ਜੀ ਬੀਟਾ ਪਿੰਡ ਸਕੂਲ ਹੈ ਜੀ ਓਕੇ ਜੀ ਓਕੇ ਬਹੁਤ ਵਧੀਆ ਜੀ ਬਹੁਤ ਵਧੀਆ ਅੱਗੇ ਪਰਿਵਾਰ 'ਚ ਜੀ ਕਿੰਨੇ ਬੱਚੇ ਬੇਟਾ ਤੇ ਬੇਟੀ ਹੈਗੀ ਬੀਟਾ ਕਿੱਥੇ ਹੈ ਜੀ ਬੇਟਾ ਪਲੱਸ ਟੂ 'ਚ ਹੈ ਜੀ ਉਹ ਬਹੁਤ ਵਧੀਆ ਬਹੁਤ ਵਧੀਆ ਮਾਲਕ ਤੰਦਰੁਸਤੀ ਬਖਸ਼ੇ ਜੀ ਘਰ 'ਚ ਕਿੰਨੀ ਚੱਲਦੀ ਹੈ ਜੀ ਬਰਾਬਰ ਚੱਲਦੀ ਹੈ ਜੀ ਦੇਖ ਲਓ ਹੈ ਜੀ ਬਰਾਬਰ ਚੱਲਦੀ ਹੈ ਅੱਛਾ ਜੀ ਹਾਂਜੀ ਘਰ ਰਾਤ ਕੀ ਬਣਿਆ ਸਬਜ਼ੀ ਕਿਹੜੀ ਸੀਗੀ ਸਬਜ਼ੀ ਖੁਦ ਬਣਾਈ ਸੀ ਜਦੋਂ ਮੈਂ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਹਜੇ ਸ਼ਰਟ ਬਹੁਤ ਸੋਹਣੀ ਹੈ ਇਹਨਾਂ ਨੇ ਇਹ ਵੀ ਕਹਿਣਾ ਸੀਗਾ ਮੈਂ ਹੀ ਧੋਤੀ ਹੈ ਕੋਟ ਬਹੁਤ ਸੋਹਣਾ ਬੇਟੇ ਮੈਂ ਹੀ ਪ੍ਰੈਸ ਕੀਤਾ ਚਲੋ ਬਹੁਤ ਵਧੀਆ ਜੀ ਤੁਸੀਂ ਲੱਕੀ ਹੋ ਜੀ ਬਹੁਤ ਵਧੀਆ ਪਰਿਵਾਰ ਤੁਹਾਨੂੰ ਮਿਲਿਆ ਅਤੇ ਹੋਰ ਸ਼ੌਂਕ ਜੀ ਛੋਟੇ ਹੁੰਦੇ ਸ਼ਰਾਰਤੀ ਸੀਗੇ ਤੁਸੀਂ ਸ਼ਰਾਰਤੀ ਸੀ ਜੀ ਓਕੇ ਕਦੇ ਪਾਪਾ ਤੋਂ ਕੁੱਟ ਪਈ ਹੋਵੇ ਕੁੱਟ ਨਹੀਂ ਪਈ ਸੀ ਝਿੜਕਾਂ ਪਈਆਂ ਨਹੀਂ ਝਿੜਕਾਂ ਵੀ ਨਹੀਂ ਪਈਆਂ ਨਾ ਜੀ ਕਿੰਨੇ ਭਰਾ ਤੁਸੀਂ ਤਿੰਨ ਭਰਾ ਜੀ ਓਕੇ ਹੋਰ ਭਾਜੀ ਹੋਰੀ ਕਿੱਥੇ ਨੇ ਅਤੇ ਇੱਕ ਬ੍ਰਦਰ ਸਾਡਾ ਬੜੌਦਾ ਹੈ ਅਪੋਲੋ ਟਾਇਰ ਇੰਡਸਟਰੀ 'ਚ ਬਹੁਤ ਵਧੀਆ ਅਤੇ ਇੱਕ ਬ੍ਰਦਰ ਹੈਗਾ GM GPO ਜਨਰਲ ਪੋਸਟ ਆਫਿਸ ਹੈਗਾ ਅੰਬਾਲਾ ਕੈਂਟ ਬਹੁਤ ਵਧੀਆ ਬਹੁਤ ਵਧੀਆ ਨੇੜੇ ਨੇੜੇ ਹੋ ਤਿੰਨੇ ਭਰਾ ਜੀ ਤਿੰਨੇ ਭਰਾਵਾਂ ਦਾ ਪਿਆਰ ਪੂਰਾ ਜੀ ਪੂਰਾ ਪਿਆਰ ਹੈ ਜੀ ਬਹੁਤ ਵਧੀਆ ਪਿਆਰ ਬਣਿਆ ਰਹੇ ਹੈ ਥੈਂਕ ਯੂ ਸਰ ਆਓ ਜੀ ਸਰ ਬਹੁਤ ਸੋਹਣੀ ਪੱਗ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਪੱਗ ਬਹੁਤ ਸੋਹਣਾ ਰੰਗ ਵੀ ਪੱਗ ਦਾ ਜੀ ਥੈਂਕ ਯੂ ਕੰਬੀਨੇਸ਼ਨ ਵੀ ਸੋਹਣਾ ਬਣਾਇਆ ਥੈਂਕ ਯੂ ਕੀ ਨਾਂ ਹੈ ਤੁਹਾਡਾ ਜਗਦੀਪ ਸਿੰਘ ਜਗਦੀਪ ਸਿੰਘ ਤੁਹਾਡਾ ਕੀ ਸਬਜੈਕਟ ਹੈ ਜੀ ਮੇਰਾ ਪੰਜਾਬੀ ਪੰਜਾਬੀ ਹਾਂਜੀ ਪੰਜਾਬੀ ਵਾਲੇ ਥੋੜੇ ਜਿਹੇ ਵਧੀਆ ਹੈ ਨਾ ਜੱਚ ਕੇ ਜੇ ਰਹਿੰਦੇ ਨੇ ਜੀ ਸਾਰੇ ਸੋਹਣੇ ਨੇ ਇੱਥੇ ਸੋਹਣੇ ਤਾਂ ਸਾਰੇ ਹੀ ਹੈ ਜੀ ਪੰਜਾਬੀ ਵਾਲੇ ਥੋੜੇ ਹਨਾ ਥੋੜਾ ਹੁੰਦਾ ਇਹੀ ਸੋਚਿਆ ਸੀਗਾ ਟੀਚਿੰਗ ਵਾਲੀ ਲਾਈਨ 'ਚ ਜਾਣਾ ਬਿਲਕੁਲ ਕਿ ਪਹਿਲਾਂ ਕੋਈ ਹੋਰ ਏਮ ਵੀ ਸੀਗਾ ਸਿੰਗਿੰਗ ਹੈਗਾ ਜੇ ਵੀ ਅੱਛਾ ਮੈਂ ਸੁਣਦੇ ਜੀ ਫਿਰ ਗਾਣਾ ਸੁਣਾਓ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ 'ਚ ਕਾਫੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ ਭੁੱਲੀ ਨਾ ਗਈ ਜਹਾਨੋਂ ਜਿਸ ਦੀ ਰਫਤਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਬਹੁਤ ਸੋਹਣੀ ਥੈਂਕ ਯੂ ਚੰਗਾ ਸਬਜੈਕਟ ਦੇ ਉੱਤੇ ਗਾਣਾ ਗਾਇਆ ਜੀ ਬਾਕੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਆ ਜਾਓ ਜੀ ਆਪ ਤੇ ਨਾ ਹਨਾ ਅੱਛਾ ਜਦੋਂ ਜਦੋਂ ਫੜ ਲਓ ਵੀ ਤੂੰ ਸੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਡਾਕਟਰ ਨੀਨਾ ਕੌਸ਼ਿਕ ਡਾਕਟਰ ਮੈਮ ਤੁਹਾਡੇ ਕੋਲ ਕੀ ਸਬਜੈਕਟ ਨੇ ਜੀ ਹਿੰਦੀ ਹਿੰਦੀ ਜੀ ਹਾਂਜੀ ਓਕੇ ਓਕੇ ਈ ਕੀ ਮਾਤਰਾ ਕਭੀ ਬੜੀ ਕਭੀ ਛੋਟੀ ਸਵਰ ਵਿਅੰਜਨ ਹਾਂਜੀ ਹਾਂਜੀ ਇਹ ਵਿਅੰਜਨ ਸਿਖਾਓ ਜੀ ਕਿ ਸਵਰ ਸਵਰ 11 ਵਿਅੰਜਨ 33 ਵਿਅੰਜਨ 33 ਜੀ ਸਵਰ 11 ਹਾਂਜੀ ਵਿਅੰਜਨ ਤਭੀ ਪੂਰੇ ਹੋਣਗੇ ਜਦ ਸਵਰ ਮਿਲेंगे ਹਾਂਜੀ ਸਾਰੇ ਰਾਜੀ ਖੁਸ਼ੀ ਨੇ ਜੀ ਸਵਰ ਹੋ ਰਹੀ ਵਿਅੰਜਨ ਹੋ ਰਹੀ ਹਾਂਜੀ ਸਾਰੇ ਵਧੀਆ ਓਕੇ ਓਕੇ ਚੜ੍ਹਦੀ ਕਲਾ ਦੇ ਨੇ ਸਾਰੇ ਵਧੀਆ ਖੇਡਦੇ ਨੇ ਨੱਚ ਟੱਪਦੇ ਨੇ ਚਲੋ ਬਹੁਤ ਵਧੀਆ ਇਹਨਾਂ ਦੇ ਸਵਰ ਵਿਅੰਜਨ ਦਾ ਗਿਆਨ ਵੀ ਇਹਨਾਂ ਨੂੰ ਜ਼ਰੂਰ ਦਿਓ ਜੀ ਤੁਸੀਂ ਦਿੰਦੇ ਵੀ ਹੋਵੋਗੇ ਹੋਰ ਸ਼ੌਂਕ ਜੀ ਤੁਹਾਡੇ ਬਸ ਕਿਸੇ ਫੰਕਸ਼ਨ ਵਿੱਚ ਥੋੜਾ ਥੋੜਾ ਡਾਂਸ ਕਰ ਲਿਆ ਓਕੇ ਜੀ ਤੇ ਸ਼ਾਪਿੰਗ ਕਰ ਲਈ ਸ਼ਾਪਿੰਗ 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 ਦਾ ਬਹੁਤ ਸ਼ੌਂਕ ਹੈ ਨਹੀਂ ਬਹੁਤ ਵਧੀਆ ਹੋਣਾ ਚਾਹੀਦਾ ਜੀ ਸ਼ਾਪਿੰਗ ਦਾ ਸ਼ੌਂਕ ਆਪਾਂ ਕਮਾਉਨੇ ਆ ਆਪਾਂ ਪਾਉਣਾ ਹਨਾ ਯਾਰ ਦੇਖੋ ਪਾਇਆ ਸ਼ੀਸ਼ੇ ਲੱਗੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਮੇਰੇ ਦੋਨੋਂ ਬੱਚੇ ਨਾ ਆਪਕੇ ਬਹੁਤ ਜ਼ਬਰਦਸਤ ਫੈਨ ਹੈ ਉਨਕੋ ਇੱਕ ਵਾਰ ਹਾਈ ਬੋਲ ਦੋ ਅਰਸ਼ੀਆ ਸ਼ੌਰ ਹੈ ਹਰਸ਼ੀਆਂ ਅਰਸ਼ੀਆ ਔਰ ਸ਼ੌਰ ਹੈ ਅਰਸ਼ੀਆ ਔਰ ਜਿਹੜੇ ਇਹਨਾਂ ਦੇ ਅਸਲੀ ਸਵਰ ਵਿਅੰਜਨ ਨੇ ਜੀ ਇਹ ਅਰਸ਼ੀਆ ਔਰ ਸ਼ੌਰਿਆ ਸ਼ੌਰਿਆ ਹਨਾ ਜੀ ਬਾਬੇ ਤੁਹਾਨੂੰ ਬਹੁਤ ਸਾਰੀ ਤਰੱਕੀ ਦੇਣ ਜੀ ਤੁਸੀਂ ਖੁਸ਼ ਰਹੋ ਕਿਹੜੀ ਕਿਹੜੀ ਕਲਾਸ ਨੇ ਜੀ ਬੇਟੀ ਮੇਰੀ ਬੀਕੌਮ ਫਾਈਨਲ ਮੇ ਹੈ ਬੇਟਾ 10th ਮੇ ਹੈ ਓਕੇ ਜੀ ਵੀਰਾ 10ਵੀਂ ਚ ਬੋਰਡ ਵਾਲੇ ਚੱਕਰਾਂ 'ਚ ਹਜੇ ਚਲੋ ਬਹੁਤ ਵਧੀਆ ਪੜ੍ਹਾਈ ਕਰਨੀ ਹੈ ਜੀ ਤੁਸੀਂ ਸਾਰੇ ਤੁਸੀਂ ਦੋਨਾਂ ਨੇ ਅਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਸਪੋਰਟ ਕਰਦੇ ਹੋ ਜੀ ਥੈਂਕ ਯੂ ਸੋ ਮਚ ਆਓ ਜੀ ਮੈਡਮ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਹਿਮਾਂਸ਼ੀ ਹਿਮਾਂਸ਼ੀ ਜੀ ਡਿਪਾਰਟਮੈਂਟ ਆਫ ਮੈਥਸ ਮੈਥਸ ਵਾਲੇ ਜੀ ਤੁਸੀਂ ਕਿੱਥੋਂ ਪੜ੍ਹੇ ਹੋ ਜੀ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਓਕੇ ਜੀ ਸਰ ਵੀ ਉੱਥੇ ਸੀਗੇ ਜੀ ਹਾਂਜੀ ਮੈਂ ਉਹਨਾਂ ਦੀ ਸਟੂਡੈਂਟ ਰਹੀ ਕੀ ਬਾਤ ਹੈ ਜੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਜੀ ਹਾਂਜੀ ਮੈਨੂੰ ਵੀ ਬਹੁਤ ਖੁਸ਼ੀ ਹੈ ਓਕੇ ਜੀ ਕਿ ਮੈਂ ਇੱਥੇ ਪੜ੍ਹਾਉਂਦੀ ਹਾਂ ਪਹਿਲਾਂ ਮੈਂ ਮਾਤਾ ਗੁਜਰੀ ਕਾਲਜ ਵੀ ਪੜ੍ਹਾਇਆ ਓਕੇ ਜੀ ਹਾਂਜੀ ਉੱਥੇ ਕਿੰਨਾ ਚਿਰ ਪੜ੍ਹਾਇਆ ਜੀ ਉੱਥੇ ਮੈਂ 2.5 ਸਾਲ ਪੜ੍ਹਾਇਆ ਓਕੇ ਤੇ ਇਹ ਕਿੰਨਾ ਟੋਟਲ ਐਕਸਪੀਰੀਅੰਸ ਕਿੰਨਾ ਜੀ 5 ਇਅਰਸ ਹੋ ਗਏ ਇਹ
100 ਤੋਂ 100 ਲੈ ਗਏ ਤੁਸੀਂ 10ਵੀਂ ਬੋਰਡ ਤੇ ਹਾਂਜੀ ਤੁਹਾਡੀ ਕਿਹੜੀ ਪੋਜੀਸ਼ਨ ਆਈ ਸੀਗੀ ਜੀ ਸੈਕਿੰਡ ਇਨ ਸਕੂਲ ਯੈਸ ਤੇ ਪਰਿਵਾਰ ਕਿੱਥੇ ਰਹਿੰਦਾ ਜੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਹੁਣ ਅੱਛਾ ਚਲੋ ਬਹੁਤ ਵਧੀਆ ਪਰਿਵਾਰ ਚ ਕੌਣ ਕੌਣ ਇੱਧਰ ਕਿ ਉੱਧਰ ਅੱਛਾ ਦੋ ਪਰਿਵਾਰ ਹੋ ਗਏ ਤੁਹਾਡੇ ਅੱਛਾ ਇਹ ਇੱਧਰ ਦੱਸੋ ਜੀ ਪਹਿਲਾਂ ਕਿਹੜੇ ਪਰਿਵਾਰ ਬਾਰੇ ਕਿਹਾ ਮੇਰਾ ਪੇਕਾ ਫਤਿਹਗੜ੍ਹ ਸਾਹਿਬ ਓਕੇ ਸੋਹਰਾ ਤੁਹਾਡੇ ਅੰਬਾਲਾ ਕੈਂਟ ਓਕੇ ਇੱਥੇ ਕੌਣ ਕੌਣ ਜੀ ਇੱਥੇ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਓਕੇ ਮੇਰੇ ਹਸਬੰਡ ਦੋ ਮੇਰੇ ਸਿਸਟਰ ਇਨ ਲਾਸ ਐਂਡ ਮੇਰੀ ਛੋਟੀ ਬੇਟੀ ਓਕੇ ਕੀ ਨਾਮ ਜੀ ਬੱਚੀ ਦਾ ਇਨਾਇਤ ਇਨਾਇਤ ਇਹਦਾ ਕੀ ਮਤਲਬ ਹੁੰਦਾ ਨਾਮ ਬਹੁਤ ਸੋਹਣਾ ਬਲੇਸਿੰਗ ਆਫ ਗੋਡ ਬਹੁਤ ਵਧੀਆ ਇਨਾਇਤ ਐਲ ਓਕੇ ਕਿਹੜੀ ਕਲਾਸ ਹੈ ਬੇਟੀ ਪਲੇ ਵਿੱਚ ਹੈ ਅੱਛਾ ਇਹ ਬਹੁਤ ਹੀ ਛੋਟੀ ਹੈ 2 ਇਅਰਸ ਕੋ ਇਨਾਇਤ ਚਲੋ ਬਹੁਤ ਵਧੀਆ ਜੀ ਬਾਬੇ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਭਾਜੀ ਹੋਰ ਕੀ ਕਰਦੇ ਨੇ ਜੀ ਹੀ ਇਜ਼ ਅ ਬਿਜ਼ਨਸਮੈਨ ਓਕੇ ਜੀ ਕੰਟਰੈਕਟਰ ਇਲੈਕਟ੍ਰੀਕਲ ਕੰਟਰੈਕਟਰ ਓਕੇ ਉਹਨਾਂ ਦੇ ਕਿੰਨੇ ਸੀਗੇ ਜੀ ਪੁੱਛਿਆ ਨਹੀਂ ਕਦੇ ਪੁੱਛਿਓ ਜੀ ਅੱਜ ਜਾ ਕੇ ਠੀਕ ਹੈ ਤੁਹਾਨੂੰ ਪੱਕਾ ਡਾਂਟਣਗੇ ਵੀ ਤੂੰ ਸੋਚ ਸੋ ਲੈਗੀ ਚਲੋ ਬਹੁਤ ਵਧੀਆ ਬਾਬੇ ਤਰੱਕੀ ਦੇਣ ਜੀ ਥੈਂਕ ਯੂ ਸੋ ਮਚ ਜੀ ਬਿਜ਼ਨਸ ਵਧੇ ਫੁੱਲੇ ਤੁਸੀਂ ਵੀ ਪੜਾਓ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਸ਼ੋਭਨਾ ਜੀ ਜੁਝਾਰ ਸਿੰਘ ਹਾਂਜੀ ਤੁਸੀਂ ਹੰਬਲ ਜੇ ਬੜੇ ਲਾਦੇ ਹੋ ਬੜੇ ਪੋਲਾਈਟ ਜੇ ਹੈ ਜੀ ਹਾਂਜੀ ਤੇ ਕੀ ਪੜਾਉਨੇ ਹੋ ਜੀ ਮੈਂ ਕੰਪਿਊਟਰ ਸਾਇੰਸ ਹਾਂਜੀ ਹੋਰ ਕੰਪਿਊਟਰ ਸਾਹਮਣੇ ਬਹਿ ਕੇ ਜਿਵੇਂ ਸਾਰਾ ਦਿਨ ਬੈਠੇ ਨੇ ਜੀ ਅੱਖਾਂ ਅਸਰ ਪੈਂਦਾ ਕਿੰਨਾ ਕੁ ਨਹੀਂ ਐਕਚੁਅਲੀ ਜੋ ਸਾਡਾ ਜੋ ਸਿਲੇਬਸ ਹੈ ਉਹ ਇਦਾਂ ਡਿਜ਼ਾਈਨ ਕੀਤਾ ਜਾਂਦਾ ਵੀ ਸਾਨੂੰ ਇਕੁਅਲੀ ਥਿਊਰੀ ਵੀ ਕਰਨੀ ਪੈਂਦੀ ਹੈ ਔਰ ਪ੍ਰੈਕਟੀਕਲ ਵੀ ਬੱਚੇ ਜ਼ਿਆਦਾ ਕਿਹ ਚ ਖੁਸ਼ ਹੁੰਦੇ ਨੇ ਥਿਊਰੀ ਵਾਲੇ ਪਾਸੇ ਕਿ ਪ੍ਰੈਕਟੀਕਲ ਚ ਜ਼ਿਆਦਾ ਪ੍ਰੈਕਟੀਕਲ ਹਾਂਜੀ ਹਾਂਜੀ ਫਿਰ ਥਿਊਰੀ ਨੂੰ ਇੰਟਰਸਟ ਬਣਾਉਣਾ ਤੁਹਾਡਾ ਕੰਮ ਬਿਲਕੁਲ ਕਿਉਂਕਿ ਦੇਖੋ ਜੋ ਥਿਊਰੀ ਚ ਕਨਸੈਪਟ ਤੁਹਾਡੇ ਕਲੀਅਰ ਹੈ ਤਾਂ ਹੀ ਪ੍ਰੈਕਟੀਕਲ ਬੈਟਰ ਤਰੀਕੇ ਨਾਲ ਹੋ ਸਕਦਾ ਕਿੰਨੇ ਦਿਨ ਤੋਂ ਇੱਥੇ ਜੀ ਇਸ ਕਾਲਜ ਚ ਮੈਂ ਲਾਸਟ ਸੈਸ਼ਨ ਚ ਹੀ ਸ਼ੁਰੂ ਕੀਤਾ ਓਕੇ 2016 ਵਧੀਆ ਰਿਹਾ ਹੁਣ ਤੱਕ ਐਕਸਪੀਰੀਅੰਸ ਬਹੁਤ ਵਧੀਆ ਪਹਿਲਾਂ ਵੀ ਪੜਾਉਂਦੇ ਸੀ ਕਿਤੇ ਕਿ ਸ਼ੁਰੂਆਤ ਇੱਥੇ ਹਾਂਜੀ ਮੈਂ ਪਹਿਲਾਂ 2 ਸਾਲ ਇੰਜੀਨੀਅਰਿੰਗ ਕਾਲਜ ਚ ਜੌਬ ਕੀਤੀ ਹੈ ਓਕੇ ਜੀ ਕਰਨਾਲ ਚ ਹਾਂਜੀ ਬਹੁਤ ਵਧੀਆ ਬਾਬੇ ਤਰੱਕੀ ਦੇਣ ਕਲਚਰਲ ਕੋਈ ਗਾਣਾ ਕੋਈ ਸ਼ਾਇਰੋ ਸ਼ਾਇਰੀ ਸਰ ਮੈਂ ਇੱਕ ਥਾਟ ਸ਼ੇਅਰ ਕਰਨਾ ਚਾਹੁੰਦਾ ਕੰਪਿਊਟਰ ਦੀ ਵੀ ਕਹਿੰਦੇ ਫੁੱਲ ਫਾਰਮ ਹੁੰਦੀ ਹੈ ਜੀ ਹਾਂਜੀ ਹਨਾ ਜੀ ਹਾਂਜੀ ਬਹੁਤ ਘੱਟ ਲੋਕਾਂ ਨੂੰ ਪਤਾ ਮੈਂ ਵੀ ਕਿਸੇ ਤੋਂ ਸੁਣੀ ਸੀਗੀ ਉਹ ਮੈਨੂੰ ਵੀ ਨਹੀਂ ਪਤਾ ਆਹ ਗੱਲ ਬਹੁਤ ਵਧੀਆ ਇੱਕ ਕੰਪਿਊਟਰ ਦੀ ਫੁੱਲ ਫਾਰਮ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ ਇਹ ਇੱਕ ਕੰਪਿਊਟਰ ਆਪਰੇਟਿੰਗ ਮਸ਼ੀਨ ਪਾਰਟਿਕੂਲਰਲੀ ਯੂਜ਼ਡ ਇਨ ਟ੍ਰੇਡ ਐਜੂਕੇਸ਼ਨ ਐਂਡ ਰਿਸਰਚ ਤੇ ਹਾਂਜੀ ਹਾਂ ਇੱਕ ਥਾਟ ਜੋ ਮੈਨੂੰ ਦਿਲੋਂ ਬਹੁਤ ਪਸੰਦ ਆ ਉਹ ਸ਼ੇਅਰ ਕਰਨਾ ਚਾਹਾਂ ਜ਼ਰੂਰ ਜ਼ਰੂਰ ਕਹਿੰਦੇ ਕਿ ਦੁਨੀਆ ਕੇ ਲਈ ਆਪ ਸਿਰਫ ਇੱਕ ਆਮ ਆਦਮੀ ਹੈ ਦੁਨੀਆ ਕੇ ਲਈ ਆਪ ਸਿਰਫ ਇੱਕ ਆਮ ਆਦਮੀ ਹੈ ਲੇਕਿਨ ਆਪਣੇ ਪਰਿਵਾਰ ਕੇ ਲਈ ਆਪ ਪੂਰੀ ਦੁਨੀਆ ਹੈ ਕੀ ਬਾਤ ਸੋ ਇਹਦਾ ਇਹ ਮਤਲਬ ਹੈ ਕਿ ਤੁਸੀਂ ਐਜ਼ ਅ ਸਟੂਡੈਂਟ ਐਜ਼ ਅ ਪਰਸਨ ਜਿਸ ਵੀ ਲੈਵਲ ਤੇ ਹੋ ਤੁਸੀਂ ਕੋਈ ਵੀ ਡਿਸੀਜ਼ਨ ਲੈਂਦੇ ਹੋ ਬਹੁਤ ਸੋਚ ਸਮਝ ਕੇ ਲਓ ਕਿਉਂਕਿ ਤੁਸੀਂ ਇਕੱਲੇ ਨਹੀਂ ਹੈਗੇ ਤੁਹਾਡੇ ਨਾਲ ਬਹੁਤ ਸਾਰੀ ਲਾਈਫ ਜੁੜੀਆਂ ਹੁੰਦੀਆਂ ਨੇ ਸੋ ਥਿੰਕ ਬਿਫੋਰ ਯੂ ਐਕਟ ਭਰਜਾਈ ਜੀ ਦਾ ਕੀ ਨਾਮ ਹੈ ਜੀ ਜਸ਼ਨਦੀਪ ਕੌਰ ਜਸ਼ਨ ਜੀ ਹੀਰਾ ਹੀ ਚੁਣਿਆ ਜੀ ਬਸ ਯਾਰ ਮੈਨੂੰ ਲੱਗਦਾ ਇਹਨਾਂ ਦਾ ਸਹੁਰਾ ਪਰਿਵਾਰ ਵੀ ਪ੍ਰੋਗਰਾਮ ਦੇਖਦੇ ਆ ਤਾਂ ਸਿਆਣੀਆਂ ਗੱਲਾਂ ਬਹੁਤ ਕੀਤੀਆਂ ਇਹਨਾਂ ਨੇ ਪਰ ਨਹੀਂ ਓਵਰਆਲ ਤੁਸੀਂ ਬਹੁਤ ਲੱਕੀ ਹੋ ਜੀ ਭਰਜਾਈ ਜੀ ਤੁਹਾਨੂੰ ਤਾਂ ਹਜੇ ਮਿਲਿਆ ਨਹੀਂ ਤੁਸੀਂ ਵਧੀਆ ਹੋਵੋਗੇ ਤੁਹਾਨੂੰ ਬਹੁਤ ਇੱਕ ਚੰਗਾ ਪੜ੍ਹਿਆ ਲਿਖਿਆ ਅਤੇ ਬਹੁਤ ਹੀ ਇੰਟਲੈਕਚੁਅਲ ਬੰਦਾ ਤੁਹਾਨੂੰ ਮਿਲਿਆ ਜੀ ਗੋਡ ਇੱਦਾਂ ਦੀਆਂ ਘੱਟ ਮਿਲਦੇ ਜੀ ਮੁੰਡੇ ਇੱਦਾਂ ਦੇ ਅਤੇ ਬਾਬੇ ਤੁਹਾਨੂੰ ਤਰੱਕੀ ਦੇਣ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਚਲੋ ਜੀ ਬਹੁਤ ਫਨ ਹੋਇਆ ਬਹੁਤ ਮਸਤੀ ਕੀਤੀ ਬਹੁਤ ਵਧੀਆ ਲੱਗਿਆ ਜੀ ਕਾਲਜ ਦੇ ਪ੍ਰੋਫੈਸਰ ਸਮਾਨ ਪ੍ਰਿੰਸੀਪਲ ਸਰ ਦੇ ਬੱਚਿਆਂ ਨੂੰ ਲੰਬੀ ਉਮਰ ਦੇਵੇ ਬਹੁਤ ਵਧੀਆ ਲੱਗਿਆ ਜੀ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਬਾਬੇ ਤੁਹਾਨੂੰ ਤਰੱਕੀ ਦੇਣ ਲਵ ਯੂ ਆਲ ਸ਼ੋਅ ਨੂੰ ਪਿਆਰ ਕਰਦੇ ਰਹੋ ਕੀਪ ਵਾਚਿੰਗ ਐਮਐਚ1 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਥੈਂਕ ਯੂ ਸੋ ਮਚ ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ ਨਾਲ ਦੇ ਨਾਲ ਐਮਐਚ1 ਕੰਟੀਨਿਊ ਮੀਡੀਆ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ ਸਤਿ ਸ਼੍ਰੀ ਅਕਾਲ ਜੀ